ਜੇ ਕਿਸੇ 10000 ਬੰਦੇ ਦਾ ਇਕੱਠ ਜਿਹਦੇ ਜਿਹੜਾ ਇੱਕ ਵਾਰੀ ਸੰਬੋਧਨ ਕਰ ਲਵੇ ਫਿਰ ਉਹਨੂੰ ਇਹ ਸੁਪਨੇ ਆਉਣ ਲੱਗ ਜਾਂਦੇ ਵੀ ਹੁਣ ਮੈਂ ਮੁੱਖ ਮੰਤਰੀ ਹਾਂ ਪੰਜਾਬ ਦਾ ਹੁਣ ਮੈਂ ਸਿਲੈਕਟਡ ਲੋਕਾਂ ਨੂੰ ਹੀ ਮਿਲਣਾ ਹੈ ਜਾਂ ਮਿਲਣਾ ਤਾਂ ਇੱਕ ਐਟੀਟਿਊਡ ਨਾਲ ਮਿਲਣਾ ਹੈ ਇਹ ਅਸਲੀ ਸੱਚ ਹੈ ਤੇ ਇਹ ਅਸਲੀ ਤਰਾਸ ਵੀ ਹੈ ਪੰਜਾਬ ਦੀ ਕਲਾਕਾਰ ਤਾਂ ਜੀ ਆਪ ਦਾ ਆਪ ਦਾ ਫੇਮ ਭਾਲਦੇ ਸੀ ਧਰਨੇ ਤੇ ਜਾ ਕੇ ਹੁਣ ਉਹ ਫਲੈਟਾਂ 'ਚ ਵੜ ਕੇ ਬਹਿ ਗਏ ਇਹ ਹੈਗੀ ਮੂਰਖਤਾ ਦੀ ਨਿਸ਼ਾਨੀ ਇਹ ਹੈਗੀ ਜੈਲਸ ਦੀ ਨਿਸ਼ਾਨੀ ਵੀ ਤੁਸੀਂ ਉਹਨਾਂ ਦੀ ਪਪੂਲੈਰਿਟੀ ਤੋਂ ਛੱਡਦੇ ਹਾਂ ਕਿਉਂਕਿ ਤੁਹਾਨੂੰ ਲੋਕ ਬੇਰਾਂਬੱਟੇ ਨਹੀਂ ਪੁੱਛਦੇ ਕਹਿੰਦਾ ਜਿਹੜੇ ਕਹਿੰਦੇ ਕੰਮ ਠੰਡਾ ਪੈ ਗਿਆ ਆਜੋ ਮੁੜ ਕੇ ਗਰਮ ਕਰ ਦਈਏ ਅਨਪੜ ਟੋਲਾ ਵਿੱਚ ਸੱਤਾ ਦੇ ਜਾ ਕੇ ਚਲੋ ਬਿਸ਼ਰਮ ਕਰ ਦਈਏ ਹੁਣ ਤਾਂ ਕੰਮ ਐ ਕੰਡਿਆਂ ਤੇ ਦਿਲ ਠੰਡਾ ਕਾਹਨੂੰ ਪਾਇਆ ਐ ਆਜੋ ਮੁੰਡਿਓ ਚਲਿਏ ਧਰਨੇ ਤੋਂ ਹੁੱਕਾ ਆਇਆ ਪਿੰਡਾਂ ਦੇ ਵਿੱਚ ਜਾਂ ਗਾਣਿਆਂ ਦੀ ਗੱਲ ਕਰ ਰਹੇ ਸੀ ਆਪਾਂ ਕਹਿ ਰਹੇ ਸੀ ਗਾਣਾ ਵੱਡਾ ਹੋ ਜਾਂਦਾ ਨਾ ਰੇਂਜ ਰੋਵਰ ਆ ਗਈ ਜ ਫਲਾਨੀ ਕੱਢਿਆ ਗਈ ਇਹ 35 ਪਰਚਿਆਂ ਨਾਲ ਵੀ ਗਾਣਾ ਵੱਡਾ ਹੋ ਜਾਂਦਾ ਏ ਭਾਈ ਮੈਂ ਹੁਣੇ ਸੁਣਦਾ ਆ ਸੀ ਗੱਡੀ 'ਚ ਹਾਂ ਇਹ ਪਰਚਿਆਂ ਨਾਲ ਨਹੀਂ ਗਾਣਾ ਵੱਡਾ ਹੁੰਦਾ ਪਰਚਿਆਂ ਨਾਲ ਬੰਦਾ ਉਹ ਗਾਣਾ ਬਹੁਤ ਵਧੀਆ ਸੀ ਉਹ लवली ਨੂਰ ਦਾ ਲਿਖਿਆ ਹੋਇਆ ਸੀ ਗਾਣਾ ਮਤਲਬ ਉਹਦੇ 'ਚ ਆਪਣਾ ਇਤਿਹਾਸ ਵੀ ਆਪਣਾ ਵਿਰਸਾ ਵੀ ਉਹ ਗਾਣਾ ਸੁਣ ਕੇ ਨਾ ਮੈਨੂੰ ਇੱਕ ਅੰਦਰੋਂ ਜਿਹਾ ਲੱਗਿਆ ਵੀ ਯਾਰ ਕਦੇ ਆਪਾਂ ਜੱਸਿਆ ਇਧਰਲੇ ਪਾਸੇ ਨੂੰ ਕਦੇ ਗਏ ਹੀ ਨਹੀਂ ਹੈਗੇ ਯਾਰ ਹਨਾ ਇਹ ਮਸਲਾ ਅੱਜ ਸਾਡਾ ਇੱਥੇ ਖੜਾ ਹੈ ਜੇ ਸਾਡੇ 'ਚ ਚੌਧਰ ਦੀ ਭੁੱਖ ਨਾ ਹੁੰਦੀ ਤਾ ਅੱਜ ਇੱਕ ਕਾਨੂੰਨਾਂ ਨੂੰ ਰੱਦ ਕਰਾ ਕੇ ਅਸੀਂ ਪੰਜਾਬ ਚ ਹੁੰਦੇ ਨਾ ਸਾਡੇ 3350 ਭਰਾ ਜਿਹੜੇ ਸ਼ਹੀਦ ਹੋਏ ਨੇ ਭੈਣ ਭਰਾ ਕਿਸਾਨ ਭੈਣ ਭਰਾ ਉਹਨਾਂ ਦੀ ਸ਼ਾਦਤ ਹੁੰਦੀ। ਬਾਈ ਬਾਈ ਬਾਬਾ ਸਵਾਗਤ ਹੈ। ਬਹੁਤ ਮਿਹਰਬਾਨੀ ਬਾਈ। ਸੋ ਕਿੱਥੋਂ ਸ਼ੁਰੂ ਕਰੀਏ ਕਿਉਂਕਿ ਮੈਂ ਇਹ ਗੱਲ ਕਰਾਂ ਤਾਂ ਇਹ ਸੀਰੀਜ਼ ਦੀ ਮੇਰੀ ਪਹਿਲੀ ਇੰਟਰਵਿਊ ਆ ਤੇ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਥੋੜੀ ਸੀਰੀਅਸਲੀ। ਬਹੁਤ ਸ਼ੁਕਰੀਆ ਜੀ ਸ਼ੁਕਰੀਆ ਤੇ ਮੈਂ ਤਾਂ ਤੁਹਾਡੇ ਕੋਲ ਪਹਿਲਾਂ ਆਇਆ ਵੀ ਤੁਸੀਂ ਕਿਸਾਨ ਅੰਦੋਲਨ ਚ ਆਉਣ ਵਾਲੇ ਪਹਿਲੇ ਗਾਇਕ ਹੋ ਮੈਨੂੰ ਪਤਾ ਜਦੋਂ ਟਰੈਕਟਰ ਪਰੇਡ ਕੀਤੀ ਗਈ ਸੀ ਤਾਂ ਸਭ ਤੋਂ ਪਹਿਲਾਂ ਕਿਹੜਾ ਰੇਸ ਹੈ ਨਾ ਟਰੈਕਟਰ ਦੀ ਉਹ ਬਾਜਵੇਂ ਨੱਪੀ ਸੀਗੀ ਆਪਣਾ ਫਰਜ ਸਮਝ ਲਓ ਜੀ ਤੇ ਆਪਣੀ ਉਹ ਮੁਲਾਕਾਤ ਮੈਨੂੰ ਚੇਤੇ ਆ ਉਹ ਪਹਿਲੀ ਸੀ ਜਦੋਂ ਤੁਸੀਂ ਟਰੈਕਟਰ ਦੇ ਉੱਤੇ ਖੜੇ ਸੀ ਤਾਂ ਆਪਾਂ ਤਾਂ ਉਹ ਬਈ ਜਦੋਂ ਮੈਂ ਕਿ ਸਾਰੇ ਪੰਜਾਬ ਨੇ ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਦਿੱਲੀ ਵੱਲ ਨੂੰ ਚਾਲੇ ਪਾਇਆ ਉਦੋਂ ਵੀ ਕੋਈ ਕਾਂਗਰਸ ਦੀ ਰੈਲੀ ਸੀ ਤੇ ਲੋਕਾਂ ਨੇ ਕਿਹਾ ਵੀ ਇਹ ਬੰਦਾ ਬੈਕਐਂਡ ਤੋਂ ਕਾਂਗਰਸ ਦਾ ਬਹੁਤ ਗੱਲਾਂ ਬਾਤਾਂ ਬਣੀਆਂ ਤਾਂ ਇੱਕ ਗਰਮਜੋਸ਼ੀ ਸੀ ਉਦੋਂ ਤਾਂ ਹੁਣ ਵੀ ਮੈਨੂੰ ਲੱਗਦਾ ਹੁੰਦਾ ਕਈ ਵਾਰੀ ਵੀ ਵੀ ਦੁਬਾਰੇ ਇੱਕ ਵਾਰੀ ਫੇਰ ਓਵੇਂ ਦੀ ਗਰਮਜੋਸ਼ੀ ਚਾਹੀਦੀ ਆ ਵੀ ਜਿਹੜਾ ਹੁਣ ਆਮ ਲੋਕਾਂ ਦੀਆਂ ਗੱਲਾਂ ਮਿਲਦੀਆਂ ਵੀ ਕੰਮ ਠੰਡਾ ਪੈ ਗਿਆ ਪਤਾ ਨਹੀਂ ਅੱਗੇ ਕੀ ਬਣਨਾ ਕੀ ਨਹੀਂ ਬਣਨਾ ਮੈਨੂੰ ਲੱਗਦਾ ਵੀ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜਦੋਂ ਮੈਂ ਸੋਸ਼ਲ ਮੀਡੀਆ ਤੇ ਪੜ੍ਹਦਾ ਜਾਂ ਸੁਣਦਾ ਤਾਂ ਮੈਨੂੰ ਇੱਕ ੱੱਕਾ ਜਿਹਾ ਲੱਗਦਾ ਤਾਂ ਹੁਣ ਫਿਰ ਉਹ ਚੀਜ਼ ਨੂੰ ਕਵਰ ਕਰਨ ਲਈ ਜਾਂ ਦੁਬਾਰੇ ਸਰਗਰਮੀ ਕਰਨ ਲਈ ਜਿੰਨਾ ਕੁ ਮੈਂ ਕਰ ਸਕਦਾ ਸੀ ਤਾਂ ਮੈਂ ਇੱਕ ਹੋਕਾਣਾ ਦੀ ਜਿਹੜੀ ਮੁਹਿੰਮ ਹੈ ਉਹ ਆਪਦੇ ਵੱਲੋਂ ਸ਼ੁਰੂ ਕੀਤੀ ਆ ਕੱਲ ਬੱਲੋ ਮਾਜਰਾ ਇੱਥੇ ਸਾਡੇ ਨੇੜੇ ਪੈ ਜਾਂਦਾ ਪਿੰਡ ਤੇ ਅੱਜ ਲਾਂਡਰਾ ਦੂਜਾ ਪਿੰਡ ਕਵਰ ਕਰਕੇ ਆਇਆ ਤੇ ਅਗਲੇ ਆਉਣ ਵਾਲੇ ਦਿਨਾਂ ਚ ਮੇਰਾ ਪਿੰਡਾਂ ਦਾ ਸ਼ਡਿਊਲ ਹੈ ਵੀ ਦੁਬਾਰੇ ਇੱਕ ਵਾਰੀ ਕਨੈਕਟੀਵਿਟੀ ਬਣਾਈਏ ਕਿਉਂਕਿ ਪਿਛਲੇ 2-3 ਮਹੀਨਿਆਂ ਤੋਂ ਨਾ ਲੋਕਾਂ ਦੀ ਕਨੈਕਟੀਵਿਟੀ ਟੁੱਟ ਗਈ ਕੋਈ ਲਹਿਰ ਜਿਵੇਂ ਇੱਕਦਮ ਨਾ ਤਾਂ ਕੋਈ ਪ੍ਰੋਗਰਾਮ ਦਿੱਤਾ ਜਾਂਦਾ ਜਥੇਬੰਦੀਆਂ ਵੱਲੋਂ ਨਾ ਕੋਵਿਡ ਦਾ ਇੱਕ ਬਹਾਨਾ ਲੈ ਲਿਆ ਜਾਂਦਾ ਚਲੋ ਹੈਗਾ ਵੀ ਆ ਮੈਂ ਮੰਨਦਾ ਕੋਵਿਡ ਨਹੀਂ ਹੈਗਾ ਪਰ ਫੇਰ ਵੀ ਕੋਈ ਨਾ ਕੋਈ ਪ੍ਰੋਗਰਾਮ ਹੈ ਜਿਹੜਾ ਉਹ ਜ਼ਰੂਰ ਲਹਿਰ ਜਿਉਂਦੀ ਰੱਖਣ ਲਈ ਜਥੇਬੰਦੀਆਂ ਨੂੰ ਦੇਣਾ ਚਾਹੀਦਾ ਕੋਈ ਨਾ ਕੋਈ ਸਰਗਰਮੀ ਹੈ ਜਿਹੜੀ ਉਹ ਜ਼ਰੂਰੀ ਹੈ ਆਉਣਾ ਜਾਣਾ ਬਣਿਆ ਰਹਿਣਾ ਚਾਹੀਦਾ ਜੋ ਗਵਰਨਮੈਂਟ ਦੀਆਂ ਗਾਈਡਲਾਈਨਾਂ ਨੇ ਕਿਉਂਕਿ ਮਿਨੀ ਲਾਕਡਾਊਨ ਆ ਕੰਮਕਾਰ ਸਭ ਦੇ ਚੱਲੀ ਜਾਂਦੇ ਆ ਜਿਵੇਂ ਹੁਣ ਅਸੀਂ ਵੀ ਇਕੱਠ ਨਹੀਂ ਕਰਦੇ ਲੌਸਮੈਂਟਾਂ ਕਰਦੇ ਆ ਜਾ ਕੇ ਗੁਰੂ ਘਰਾਂ ਚ ਏਦਾਂ ਦੇ ਕੋਈ ਨਾ ਕੋਈ ਪ੍ਰੋਗਰਾਮ ਮੈਨੂੰ ਲੱਗਦਾ ਵੀ ਜਥੇਬੰਦੀਆਂ ਵੱਲੋਂ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਵੀ ਜ਼ਰੂਰ ਵੀ ਉਹਨਾਂ ਨੂੰ ਇਨ ਟੱਚ ਰਹਿਣਾ ਚਾਹੀਦਾ ਲੋਕਾਂ ਦੇ ਨਾਲ ਆਹ ਜਿਹੜਾ ਕਨੈਕਸ਼ਨ ਹੈ ਤੋੜਨਾ ਨਹੀਂ ਚਾਹੀਦਾ ਬਿਲਕੁਲ ਨਿਰਾਸ਼ਾ ਤਾਂ ਨਹੀਂ ਕਿਤੇ ਜਾਂ ਕੋਈ ਗੁੱਸਾ ਤਾਂ ਨਹੀਂ ਵੀ ਤੁਸੀਂ ਕਹਿ ਰਹੇ ਹੋ ਵੀ ਕੋਈ ਵੱਡੀ ਕਾਲ ਨਹੀਂ ਦਿੱਤੀ ਜਾ ਰਹੀ ਜਥੇਬੰਦੀਆਂ ਵੱਲੋਂ ਹਾਲਾਂਕਿ ਸਾਰਾ ਕੁਝ 26 ਤੋਂ ਬਾਅਦ ਹੋ ਰਿਹਾ ਜੀ ਹਾਂ ਉਹ 26 ਵੀ ਤੁਸੀਂ ਕਹਿ ਸਕਦੇ ਹੋ ਵੀ ਉਸ ਤੋਂ ਬਾਅਦ ਇੱਕ ਝਟਕਾ ਲੱਗਿਆ ਪਰ ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕਾਂ ਨੂੰ ਰਿਕਵਰ ਕਰਨਾ ਚਾਹੀਦਾ ਜੇ ਹੁਣ ਉਹ ਉਹ ਇੱਕ ਵੇਲਾ ਸੀ ਨੰਘ ਗਿਆ ਕਈ ਲੋਕਾਂ ਨੇ ਉਹਨੂੰ ਆਪ ਦੇ ਹਰ ਇੱਕ ਬੰਦੇ ਨੇ ਆਪਦੀ ਥਿੰਕਿੰਗ ਦੇ ਹਿਸਾਬ ਨਾਲ ਸੋਚ ਦੇ ਹਿਸਾਬ ਨਾਲ ਉਸ ਚੀਜ਼ ਤੇ ਟਿੱਪਣੀ ਕੀਤੀ ਹੈ ਕਈਆਂ ਨੇ ਚੰਗਾ ਲਿਆ ਬਹੁਤਿਆਂ ਨੇ ਮਾੜਾ ਲਿਆ ਪਰ ਮੈਨੂੰ ਲੱਗਦਾ ਵੀ ਉਸ ਚੀਜ਼ ਨਾਲ ਸਾਡਾ ਜਿਹੜਾ ਮਸਲਾ ਸੀ ਉਹ ਉੱਥੇ ਹੀ ਖੜਾ ਹੈ ਉਹ 26 ਦੀ ਗੱਲ ਆਪਾਂ ਵੱਡੀ ਕਰਤੀ ਆਪਣਾ ਮਸਲਾ ਛੋਟਾ ਕਰਤਾ ਬਲਕਿ ਮਸਲਾ ਵੱਡਾ ਚਾਹੀਦਾ ਸੀਗਾ ਉਹ ਗੱਲ ਜੋ ਹੋ ਵੀ ਗਈ ਕਿਉਂਕਿ ਐਡੇ ਐਡੇ ਸੰਘਰਸ਼ ਜਦ ਲਿਖੇ ਜਾਂਦੇ ਉਹਨਾਂ ਚ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਜ਼ਰੂਰ ਰਹਿ ਜਾਂਦੀ ਹੈ ਜਾਂ ਹੈਪਨ ਇਦਾਂ ਦਾ ਹੋ ਜਾਂਦਾ ਚਾਹੀਦਾ ਹੈ ਸੀ ਵੀ ਉਹਨਾਂ ਨੂੰ ਭੁੱਲ ਕੇ ਅੱਗੇ ਵਧਿਏ ਉਹ ਕਿਵੇਂ ਹੋ ਸਕਦਾ ਸੀ ਵੀ ਜੇ ਸਾਰੇ ਬੈਠੀਏ ਗੱਲਬਾਤ ਰਾਹੀਂ ਮਸਲਾ ਹੱਲ ਕਰੀਏ ਹੁਣ ਉੱਥੇ ਸਾਡੇ ਤਾਂ ਗਰਦਨਾ ਚ ਸਰੀਏ ਬਹੁਤ ਵੱਡੇ ਫਸੇ ਹੋਏ ਆ ਨਾ ਲੋਕਾਂ ਦੇ ਜੇ ਕੋਈ ਜੇ ਕਿਸੇ 10000 ਬੰਦੇ ਦਾ ਇਕੱਠ ਜਿਹੜਾ ਇੱਕ ਵਾਰੀ ਸੰਬੋਧਨ ਕਰ ਲਵੇ ਫਿਰ ਉਹਨੂੰ ਇਹ ਸੁਪਨੇ ਆਉਣ ਲੱਗ ਜਾਂਦੇ ਵੀ ਹੁਣ ਮੈਂ ਮੁੱਖ ਮੰਤਰੀ ਹਾਂ ਪੰਜਾਬ ਦਾ ਹੁਣ ਮੈਂ ਸਿਲੇਕਟਡ ਲੋਕਾਂ ਨੂੰ ਹੀ ਮਿਲਣਾ ਹੈ ਜਾਂ ਮਿਲਣਾ ਤਾਂ ਇੱਕ ਐਟੀਟਿਊਡ ਨਾਲ ਮਿਲਣਾ ਹੈ ਇਹ ਅਸਲੀ ਸੱਚ ਹੈ ਤੇ ਇਹ ਅਸਲੀ ਤਰਾਸ ਦੀ ਹੈ ਪੰਜਾਬ ਦੀ ਮੈਨੂੰ ਲੱਗਦਾ ਤਾਂ ਹੀ ਇਹ ਮਸਲਾ ਅੱਜ ਸਾਡਾ ਇੱਥੇ ਖੜਾ ਹੈ ਜੇ ਸਾਡੇ ਚ ਚੌਧਰ ਦੀ ਭੁੱਖ ਨਾ ਹੁੰਦੀ ਤਾਂ ਅੱਜ ਇਹ ਕਾਨੂੰਨਾਂ ਨੂੰ ਰੱਦ ਕਰਾ ਕੇ ਅਸੀਂ ਪੰਜਾਬ ਚ ਹੁੰਦੇ ਨਾ ਸਾਡੇ 3 350 ਭਰਾ ਜਿਹੜੇ ਸ਼ਹੀਦ ਹੋਏ ਨੇ ਭੈਣ ਭਰਾ ਕਿਸਾਨ ਭੈਣ ਭਰਾ ਉਹਨਾਂ ਦੀ ਸ਼ਹਾਦਤ ਹੁੰਦੀ ਜਿਵੇਂ ਧੌਣ ਦਾ ਕਿਲਾ ਆਗੂਆਂ ਜੀਆ ਕਲਾ ਕੇ ਗਾਇਕਾਂ ਚ ਵੀ ਹੈਗਾ ਇਹ ਵੀਰੇ ਮਤਲਬ ਆਗੂ ਕਹਿ ਲੋ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਆਏ ਥੋੜਾ ਜਿਹਾ ਪੰਜਾਬੀ ਸੁਭਾਅ ਚ ਹੀ ਆ ਥੋੜਾ ਜਿਹਾ ਹੈਗਾ ਜਿਵੇਂ ਨਾ ਸਾਡੇ ਦਾ ਉਹ ਸੁਹਾਗੇ ਤੇ ਚੜਨ ਵਾਲੀ ਉਹ ਗੱਲ ਹੈ ਵੀ ਖੜਾ ਤਾਂ ਸੁਹਾਗੇ ਤੇ ਮਾਣ ਨਹੀਂ ਨਾ ਤਾਂ ਫਿਰ ਸੰਬੋਧਨ ਕਰਨ ਲੱਗ ਪੈਂਦੇ ਸਟੇਜ ਤੇ ਚੜ ਜਾਂਦੇ ਨੇ ਹਾਂ ਸਟੇਜਾਂ ਤੇ ਚੜਨ ਲੱਗ ਗਏ ਤਾਂ ਮੈਨੂੰ ਲੱਗਦਾ ਵੀ ਥੋੜਾ ਜਿਹਾ ਸਬਤ ਹੀ ਹੈਗਾ ਉਹਦੇ ਵਿੱਚ ਲੀਡਰ ਵੀ ਆ ਸਕਦੇ ਆ ਉਹ ਚ ਸਾਡੇ ਵਾਲੀ ਲਾਈਨ ਵੀ ਆ ਸਕਦੀ ਹੈ ਉਹਦੇ ਵਿੱਚ ਹਰ ਇੱਕ ਵਰਗ ਆ ਸਕਦਾ ਮੈਨੂੰ ਲੱਗਦਾ ਅੱਛਾ ਤੁਹਾਡੇ ਗਾਇਕੀ ਦੇ ਸਫਰ ਦੀ ਗੱਲਬਾਤ ਨਾਲ ਨਾਲ ਕਰਾਂਗੇ ਕਦੇ ਆਇਆ ਸੀ ਬਸ ਮੈਂ ਜਿੰਨੇ ਵਾਰ ਤੁਹਾਨੂੰ ਮਿਲਿਆ ਮੈਨੂੰ ਨਹੀਂ ਲੱਗਿਆ ਵੀ ਬਾਜ ਵਿੱਚ ਕਦੇ ਧੌਣ ਚ ਇਕੱਲਾ ਹੋਊਗਾ ਪਰ ਕਦੇ ਆਇਆ ਉਈ ਇਹ ਜਾਂ ਟਾਈਮ ਆ ਗਿਆ ਵੇ ਟਾਈਮ ਆਉਣ ਵਾਲਾ ਗਾਣਾ ਤੁਸੀਂ ਗਾਇਆ ਸੀ ਨਾ ਵੇ ਟਾਈਮ ਆਊਗਾ ਉਦੋਂ ਵੇ ਟਾਈਮ ਆਇਆ ਹੋਵੇ ਕਦੇ ਜੀ ਬਈ ਹਿਊਮਨ ਨੇਚਰ ਹੈ ਜੀ ਕਦੇ ਬਾਰੇ ਕਈ ਵਾਰੀ ਹੋ ਜਾਂਦਾ ਬੰਦੇ ਤੋਂ ਸੁਭਾਅ ਇਹ ਮਤਲਬ ਕਈ ਵਾਰੀ ਸੁਭਾਅ ਹੁੰਦਾ ਓਵੇਂ ਨਹੀਂ ਪਰ ਜਿਹੜੇ ਸਾਡੇ ਸਰੋਤੇ ਨੇ ਜਾਂ ਜਿਹੜੀ ਸੰਗਤ ਹੈ ਕਦੇ ਉਹਨਾਂ ਦੇ ਪ੍ਰਤੀ ਨਹੀਂ ਵੀ ਮੈਂ ਓਵੇਂ ਬਣ ਗਿਆ ਜਾਂ ਆਰਟਿਸਟ ਬਣ ਗਿਆ ਕਈ ਵਾਰੀ ਐ ਹੁੰਦਾ ਵੀ ਜਦੋਂ ਤੁਹਾਨੂੰ ਨਾ ਨਕਾਰਿਆ ਗਿਆ ਹੋਵੇ ਜਦੋਂ ਤੁਸੀਂ ਸਟਰਗਲ ਟਾਈਮ 'ਚ ਹੁੰਨੇ ਹੋ ਇੱਕ ਦੌਰ ਦੇਖਦਾ ਹਰ ਇੱਕ ਬੰਦਾ ਆ ਉੱਤੇ ਆਉਣ ਜਿਹੜੇ ਵੀ ਕੋਈ ਵੀ ਫੀਲਡ ਚ ਕੋਈ ਬੰਦਾ ਮਿਹਨਤ ਕਰਦਾ ਹੈ ਉਹੀ ਗੀਤ ਹੁੰਦੇ ਨੇ ਉਹੀ ਬੰਦਾ ਹੁੰਦਾ ਉਹੀ ਆਵਾਜ਼ ਹੁੰਦਾ ਸਭ ਕੁਝ ਉਹੀ ਹੁੰਦਾ ਬਸ ਪ੍ਰੋਬਲਮ ਇਹ ਹੁੰਦੀ ਹੈ ਵੀ ਉਦੋਂ ਦਾ ਸਮਾਂ ਨਹੀਂ ਆਇਆ ਹੁੰਦਾ ਤਾਂ ਉਦੋਂ ਉਹਨੂੰ ਦਤਕਾਰਿਆ ਜਾਂਦਾ ਬਹੁਤ ਚੰਗੇ ਤਰੀਕੇ ਨਾਲ ਵੀ ਯਾਰ ਆਹ ਨਹੀਂ ਕਦੇ ਚੱਲ ਸਕਦੇ ਜਾਂ ਤੂੰ ਕਿਉਂ ਇੰਨੀ ਮਗਜਖਪਾਈ ਕਰਦਾ ਕਿਸੇ ਹੋਰ ਕੰਮ ਕਰ ਤੇ ਕਰ ਲੈ ਬਾਹਰ ਜਾਣ ਦੀ ਟਰਾਈ ਕਰ ਲੈ ਤਾਂ ਤੇਰੇ ਵੱਸ ਦੀ ਇਹ ਕਹਾਣੀ ਨਹੀਂ ਤਾਂ ਜਦੋਂ ਉਹ ਮਹਾਰਾਜ ਦਿਨ ਲੈ ਆਉਂਦਾ ਫਿਰ ਉਦੋਂ ਉਹ ਜਿਹੜੇ ਲੋਕ ਹੁੰਦੇ ਨੇ ਕਦੇ ਪਲਿਖੇ ਨਾਲ ਜਦੋਂ ਬਾਈਪਾਸ ਨੰਗਦੇ ਨੇ ਤਾਂ ਫਿਰ ਲੱਗਦਾ ਥੋੜਾ ਜਿਹਾ ਵੀ ਯਾਰਾ ਕੋ ਕਹਿੰਦੇ ਸੀ ਤਾਂ ਕਰਕੇ ਦਿਖਾਤਾ ਐਡੀ ਗੱਲ ਨਹੀਂ ਕੋਈ ਕਈ ਵਾਰੀ ਹਿਊਮਨ ਨੇਚਰ ਆ ਹੋ ਜਾਂਦਾ ਪਰ ਸਰੋਤਿਆਂ ਪ੍ਰਤੀ ਜਾਂ ਕਦੇ ਸੰਗਤ ਦੇ ਪ੍ਰਤੀ ਐਦਾਂ ਨਹੀਂ ਹੋਇਆ ਵੀ ਵੀ ਮੈਂ ਕੁਝ ਹੈਗਾ ਤਾਂ ਮੈਂ ਇਹਨਾਂ ਚ ਜੇ ਨਿਕਲਣਾ ਤਾਂ ਕਿਸੇ ਨੂੰ ਫੋਟੋ ਤੋਂ ਜਾ ਕੇ ਸੇ ਹੋਰ ਚੀਜ਼ ਤੋਂ ਉਹ ਪਤਾ ਨਹੀਂ ਇਹ ਪਰਿਵਾਰ ਦੇ ਤੁਸੀਂ ਲਾਲੂ ਪਰਬ੍ਰਿਸ਼ੀਆ ਜਦੋਂ ਵੀ ਕਰਦਿਆਂ ਨੇ ਸਿਖਾਇਆ ਵੀ ਜਿੰਨਾ ਨੀਮਾ ਰਹੋਗੇ ਵੈਗਰੂ ਉਹਨਾ ਤੁਹਾਨੂੰ ਉੱਤੇ ਲੈ ਕੇ ਜਾਊਗਾ ਬਿਲਕੁਲ ਜਿਹੜੇ ਕਿ ਮਤ ਉੱਚੀ ਹੋਣੀ ਚਾਹੀਦੀ ਆ ਜ਼ਰੂਰੀ ਆ ਮਨ ਨੂੰ ਨੀਵਾ ਰੱਖਣਾ ਚਾਹੀਦਾ ਪਰ ਪਰ ਬਾਜ ਬਾਤ ਜੋ ਗਾਣਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਉਹ ਵੱਡੀਆਂ ਗੱਡੀਆਂ ਹਾਲਾਂਕਿ ਤੁਸੀਂ ਸਕੋਰਪੀਆ ਦਾ ਗਾਣਾ ਵੀ ਗਾਇਆ ਸੀ ਹੈਨਾ ਜਾਂ ਉਹ ਬੰਦੂਕਾਂ ਟੰਗੀਆਂ ਹੋਈਆਂ ਕੁੱਤੇ ਰੱਖੇ ਹੋਏ ਮਹਿੰਗੇ ਮਹਿੰਗੇ ਉਹ ਸਾਰਾ ਕੁਝ ਇਹ ਚੀਜ਼ਾਂ ਗਾਣਿਆਂ ਤੱਕ ਹੀ ਸੀਮਤ ਆ ਜਾਂ ਲਾਈਫ 'ਚ ਵੀ ਹੁੰਦਾ ਅਸਲ ਦੇ ਵਿੱਚ ਗਾਇਕਾਂ ਦੀ ਇਹ ਵੀਰੇ ਕਿਸੇ ਹੱਦ ਤੱਕ ਨਾ ਜਿਵੇਂ ਤੁਸੀਂ ਕੁੱਤਿਆਂ ਦੀ ਗੱਲ ਕੀਤੀ ਜਾਂ ਅਸਲੇ ਦੀ ਗੱਲ ਕੀਤੀ ਗੱਡੀਆਂ ਦੀ ਗੱਲ ਕੀਤੀ ਇਹ ਥੋੜਾ ਇਹ ਸ਼ੌਂਕ ਹੁੰਦਾ ਤੁਹਾਨੂੰ ਇਹ ਪੀੜੀ ਦਰ ਪੀੜੀ ਕਈ ਵਾਰੀ ਤੁਹਾਡੀ ਖਾਨਦਾਨੀ ਚ ਵੀ ਆ ਜਾਂਦਾ ਹੈ ਮੈਂ ਆਪ ਦੇ ਵੱਲੋਂ ਕਹਾ ਤੁਹਾਨੂੰ ਤਾਂ ਮੈਨੂੰ ਕੋਈ ਕਾਰਾਂ ਦਾ ਕੋਈ ਸ਼ੌਂਕ ਨਹੀਂ ਹੈਗਾ ਉਹ ਸਾਡੀ ਜਦੋਂ ਇੱਕ ਗਾਣਾ ਬਣਦਾ ਉਹਦੇ ਪਿੱਛੇ ਇਕੱਲੇ ਸਿੰਗਰ ਦਾ ਮਾਇੰਡ ਨਹੀਂ ਹੁੰਦਾ ਉਹਦੇ ਪਿੱਛੇ ਡਾਇਰੈਕਟਰ ਦੀ ਬਹੁਤ ਵੱਡੀ ਉਹਨੂੰ ਫਲਮਾਂਕਣ ਕਰਨ ਦੇ ਵਿੱਚ 80% ਉਹਨਾਂ ਚੀਜ਼ਾਂ ਲਈ ਡਾਇਰੈਕਟਰ ਜ਼ਿੰਮੇਵਾਰ ਹੁੰਦਾ ਤੁਸੀਂ ਤਾਂ ਸਿਰਫ ਉਹਨਾਂ ਦੇ ਮੂਰੇ ਜਾ ਕੇ ਖੜਨਾ ਹੀ ਹੁੰਦਾ ਬਿਲਕੁਲ ਤਾਂ ਮੈਨੂੰ ਇਹ ਕਾਰਾਂ ਕੁੜਾਂ ਵਾਲਾ ਨਹੀਂ ਬਿਲਕੁਲ ਵੀ ਹੈਗਾ ਵੀ ਕੋਈ ਫਲਾਣੀ ਕਾਰ ਚਾਹੀਦੀ ਹੈ ਜਾਂ ਫਲਾਣਾ ਮੈਨੂੰ ਥੋੜਾ ਜਿਹਾ ਨੇਚਰ ਨਾਲ ਲਗਾ ਹੈਗਾ ਵੀ ਜਿਵੇਂ ਮੈਨੂੰ ਘੋੜਿਆਂ ਦਾ ਜਾਂ ਜਾਨਵਰਾਂ ਨਾਲ ਮੈਨੂੰ ਪਿਆਰ ਹੈਗਾ ਵੀ ਥੋੜਾ ਬਹੁਤਾ ਜਿਵੇਂ ਮੇਰਾ ਖੈਰ ਮੇਰੇ ਕੋਲ ਲਾਇਸੈਂਸ ਤਾਂ ਵੈਪਨ ਦਾ ਨਹੀਂ ਹੈਗਾ ਅਸਲੇ ਦਾ ਉਹ ਵੀ ਮੈਨੂੰ ਕੋਈ ਬਾਲਾ ਐਡਾ ਸ਼ੌਂਕ ਹੈ ਨਹੀਂ ਹਾਂ ਕਿ ਨੇਚਰ ਨਾਲ ਜ਼ਰੂਰ ਹੈ ਜਿਵੇਂ ਕਿਵੇਂ ਮੋਟਰ ਤੇ ਬੈਠੀ ਆਪਾਂ ਜਿੱਥੇ ਜਿਵੇਂ ਪਹਿਲਾਂ ਜੇ ਪਿੱਛੇ ਚਲੇ ਜਾਈਏ 15 ਸਾਲ ਤਾਂ ਜਦੋਂ ਉਦੋਂ ਮੋਟਰ ਤੋਂ ਸਾਨੂੰ ਭੈ ਆਉਂਦਾ ਸੀ ਵੀ ਯਾਰ ਦੁਬਾਰੇ ਹੁਣ ਫੇਰ ਖੇਤ ਮਾਉਣੇ ਪੈਣਗੇ ਫੇਰ ਕੱਖ ਵੱਢਣੇ ਪੈਣਗੇ ਹੁਣ ਉਹ ਚੀਜ਼ਾਂ ਨੂੰ ਅਸੀਂ ਮਿਸ ਕਰਦੇ ਆਂ ਵੀ ਹਾਂ ਕੋਈ ਯਾਰ ਮੋਟਰ ਆਪਣਾ ਤਾਂ ਉਥੇ ਅੰਬ ਲੱਗਿਆ ਹੈ ਉਥੇ 2-4 ਦਰਖਤ ਲਾਏ ਆ ਕੋਈ ਮੰਨ ਲਓ ਵੀ ਜਿਹਨੂੰ ਅਸੀਂ ਚਬੱਚਾ ਕਹਿੰਦੇ ਨੇ ਅਸੀਂ ਸਾਡੇ ਬੋਲੀ ਚ ਵਧੀਆ ਤਰੀਕੇ ਨਾਲ ਬਣਾਇਆ ਗਰਮੀ ਚ ਬਹਿ ਜੀ ਉਥੇ ਚਾਰ ਭਰਾ ਆਉਣ ਤਾਂ ਮਹਿਫਲ ਲੱਗੇ ਉਹ ਚੀਜ਼ਾਂ ਨੋ ਜ਼ਰੂਰ ਮੈਂ ਪਸੰਦ ਕਰਦਾ ਪਰ ਆਹ ਕਾਰਾਂਕੂਰਾਂ ਵਾਲਾ ਜਾਂ ਅਸਲਾ ਉਸਲਾ ਜਿਹਾ ਹੋਰ ਚੀਜ਼ਾਂ ਇਹਨਾਂ ਦਾ ਮੈਨੂੰ ਨਹੀਂ ਹੈਗਾ ਜੀ ਨਹੀਂ ਇਹ ਤੁਹਾਡੇ ਚਲੋ ਪਰਸਨਲ ਲਾਈਫ ਆ ਪਰ ਮੈਂ ਵੇਖਿਆ ਵੀ ਗਾਣਾ ਵੱਡਾ ਬਣ ਜਾਂਦਾ ਇਹ ਇਹਦੇ ਚ ਬਈ ਜੀ ਇੱਕ ਚੀਜ਼ ਇਹ ਥੋੜਾ ਜਿਆਦਾ ਲੋਕਾਂ ਦੀ ਵੀ ਡਿਮਾਂਡ ਤੇ ਟਿਕ ਜਾਂਦਾ ਹੈ ਲੋਕ ਏਦਾਂ ਦੀਆਂ ਚੀਜ਼ਾਂ ਐਕਸੈਪਟ ਕਰਦੇ ਆ ਜਿਵੇਂ ਵੀ ਗੱਡੀਆਂ ਦੇ ਕਾਫਲੇ ਲਾ ਲੋ 10 12 ਚਾਹੇ ਹੁਣ ਮੰਗ ਮੀਏ ਸੱਚ ਤਾਂ ਇਹੀ ਹੈ ਹਨਾ ਕਿਉਂਕਿ ਕਿਰਾਏ ਤੇ ਵੀ ਹੁੰਦੀਆਂ ਨੇ ਹਨਾ ਕਿਰਾਏ ਤੇ ਵੀ ਹੁੰਦੀਆਂ ਨੇ ਜਾਂ ਹੋਰ ਵੀਰ ਭਰਾ ਕੰਜਨ ਨੂੰ ਸ਼ੌਂਕ ਹੁੰਦਾ ਵੀ ਸਾਡੀ ਗੱਡੀ ਆ ਜੂਗੀ ਉਹ ਪਹੁੰਚ ਜਾਂਦੇ ਆ ਸੱਜਣ ਲੈ ਕੇ ਪਰ ਇਹ ਲੋਕਾਂ ਦੀ ਨਾ ਇੱਕ ਧਾਰਨਾ ਬਣ ਗਈ ਵੀ ਜੇ ਤੁਸੀਂ ਗਾਣਾ ਵੱਡਾ ਕਰਨਾ ਹੈ ਜੇ ਗਾਣੇ ਚ ਸਪੋਜ਼ ਕਰੋ ਵੀ ਇੱਕ ਵਰਲਡ ਐ ਰੇਂਜ ਰੋਵਰ ਰੇਂਜ ਰੋਵਰਾਂ ਆਉਂਦੀਆਂ ਤਾਂ ਜੇ ਇੱਕ ਨਾਲ ਸਰ ਸਕਦਾ ਤਾਂ ਡਾਇਰੈਕਟਰ 10 ਲੈ ਕੇ ਆਊਗਾ ਤਾਂ ਲੋਕਾਂ ਨੂੰ ਉਹ ਚੀਜ਼ਾਂ ਅਟਰੈਕਟ ਕਰਨ ਲੱਗ ਜਾਂਦੀਆਂ ਵੀ ਅੱਛਾ ਯਾਰ ਆ ਕਾਫਲੇ ਜਾਂਦੇ ਨੇ ਕਿਤਨਾ ਕਿਤੇ ਮੈਨੂੰ ਲੱਗਦਾ ਇਹ ਡਿਮਾਂਡ ਐਂਡ ਸਪਲਾਈ ਵਾਲਾ ਕੰਮ ਹੋਇਆ ਹੋਇਆ ਹੈ ਹੁਣ ਜਿਹੜੀ ਇਹ ਸਾਡੇ ਵਾਲੀ ਲਾਈਨ ਆ ਇਹ ਤਾਂ ਬਿਲਕੁਲ ਡਿਮਾਂਡ ਐਂਡ ਸਪਲਾਈ ਤੇ ਆ ਜੋ ਲੋਕ ਮੰਗਦੇ ਆ ਉਹ ਦੇਣਾ ਪੈਂਦਾ ਕਲਾਕਾਰਾਂ ਨੂੰ ਪਰ ਇੱਥੇ ਕਲਾਕਾਰਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਮੰਗਣ ਨੂੰ ਤਾਂ ਉਹ ਤੁਤ ਤੋਂ ਕੁਝ ਵੀ ਮੰਗ ਸਕਦੇ ਕੱਲ ਨੂੰ ਤੁਹਾਨੂੰ ਕਹਿ ਦੇਣਗੇ ਵੀ ਆ ਸ਼ਰਟਾਂ ਲਾ ਕੇ ਸਾਡੇ ਲਈ ਗਾਣੇ ਕਰੋ ਫਿਰ ਤੁਸੀਂ ਨਹੀਂ ਕਰ ਸਕਦੇ ਕਿਤਨਾ ਕਿਤੇ ਇੱਥੇ ਤੁਹਾਡੀ ਲਿਖਤ ਪਛਾਣੀ ਜਾਂਦੀ ਹੈ ਵੀ ਤੁਸੀਂ ਉਹਨਾਂ ਦਾ ਐਂਟਰਟੇਨਮੈਂਟ ਵੀ ਕਰੋ ਉਹਨਾਂ ਨੂੰ ਉਹ ਚੀਜ਼ ਦੋ ਵੀ ਤੇ ਨਾਲ ਜਿਹੜੀਆਂ ਲਿਮਿਟੇਸ਼ਨਸ ਨੇ ਉਹਨਾਂ ਦਾ ਵੀ ਖਿਆਲ ਰੱਖੋ ਤੇ ਨਾਲ ਜੇ ਕਿਤੇ ਹੋ ਸਕੇ ਤੀਜੇ ਚੌਥੇ ਗੀਤ ਚ ਤੁਸੀਂ ਕੋਈ ਨਾ ਕੋਈ ਉਹਨਾਂ ਨੂੰ ਸੁੱਖ ਸੁਨੇਹਾ ਵੀ ਜ਼ਰੂਰ ਦੇ ਦਿਓ ਜਿਹਦੇ ਨਾਲ ਇੱਕ ਤਾਂ ਤੁਹਾਡਾ ਕੱਲ ਨੂੰ ਜਦੋਂ ਤੁਹਾਡੇ ਨਿਆਣੇ ਵੱਡੇ ਹੋਣਗੇ ਗਾਣੇ ਉਹਨਾਂ ਨੇ ਵੀ ਤੁਹਾਡੇ ਸੁਣਦ ਨੇ ਤਾਂ ਫਿਰ ਉਹ ਐ ਨਾ ਕਹਿਣ ਵੀ ਬਾਪੂ ਤੂੰ ਸਾਰੀ ਉਮਰ ਆਹੀ ਯਾਰ ਕੁੱਤ ਕਲੇਸ ਹੀ ਕਰੀ ਗਿਆ ਕੋਈ ਚੱਜ ਦੀ ਕਦੇ ਕੋਈ ਗੱਲ ਹੀ ਨਹੀਂ ਕੀਤੀ ਹਨ ਅੱਛਾ ਜਦੋਂ ਰਿਸ਼ਤਾ ਹੋਇਆ ਸੀ ਉਦੋਂ ਫਿਰ ਕਿਹੜੇ ਕਿਹੜੇ ਗਾਣੇ ਭਰਜਾਈ ਨੇ ਸੁਨੇ ਹੋਏ ਸੀ ਪਹਿਲਾਂ ਵੀ ਗਾਣੇ ਤਾਂ ਦੇਖੋ ਮੈਂ ਉਮੀਦ ਨਹੀਂ ਕਿਹਾ ਤਾਂ ਸਾਰੇ ਹੀ ਸੁਨੇ ਹੋਏ ਸੀ ਉਹਨਾਂ ਨੇ ਕੋਈ ਐਦਾਂ ਦਾ ਕੁਝ ਹੈ ਨਹੀਂ ਸੀ ਸਾਡੇ ਚ ਸਾਡੀ ਰੇਂਜ ਮੈਰਿਜ ਸੀ ਅੱਛਾ ਤਾਂ ਆਬਵੀਅਸਲੀ ਮੈਂ ਫਿਰ ਪੁੱਛਿਆ ਬਾਅਦ ਚ ਉਹ ਕਹਿੰਦੇ ਵੀ ਗਾਣੇ ਤਾਂ ਤਕਰੀਬਨ ਤਕਰੀਬਨ ਸਾਰੇ ਹੀ ਸੁਨੇ ਹੋਏ ਨੇ ਮੈਂ ਥੋੜਾ ਜਿਹਾ ਬਈ ਗਾਇਆ ਸ਼ੁਰੂ ਤੋਂ ਪਿੰਡੂ ਕਲਚਰ ਜਿਵੇਂ ਪਿੰਡਾਂ ਦੀਆਂ ਗੱਲਾਂ ਹੋ ਗਈਆਂ ਜਾਂ ਤੈਥੋਂ ਨਹੀਂ ਪਕਾਈਆਂ ਜਾਣੀਆਂ ਨੇ ਸਾਡੇ ਭਈਏ ਖਾਂ ਦੇ 14 14 ਰੋਟੀਆਂ ਬੈਠੇ ਬੈਠਾ ਮੋਟਰ ਤੇ ਵੈਲੀਆਂ ਦਾ ਟੋਲਾ ਕੁੜੀ ਉਹ ਪਿੰਡਾਂ ਦੀਆਂ ਸ਼ੁਰੂ ਤੋਂ ਰਹੇ ਉਦਾਂ ਦੇ ਹੁਣ ਤੱਕ ਹੈਗੇ ਸੁਭਾਅ ਉਹਦਾਂ ਦਾ ਉਹ ਗੱਲਾਂ ਪਿੰਡਾਂ ਦੀਆਂ ਜਿਆਦਾ ਆਉਂਦੀਆਂ ਸੀ ਤਾਂ ਇੱਕ ਆਰਟਿਸਟ ਹੁੰਦੇ ਆ ਵੀ ਇਹ ਫਲਾਣਾ ਕੁੜੀਆਂ ਵਾਲਾ ਆਰਟਿਸਟ ਹੈ ਇਹ ਰੋਮਾਂਟਿਕ ਗਾਉਂਦਾ ਹੈ ਇਹ ਫਲਾਣਾ ਥੋੜੇ ਲੋਕ ਤੱਤ ਗਾਉਂਦਾ ਹੈ ਇਦਾਂ ਦਾ ਨਾ ਇੱਕ ਉਹ ਆਪ ਦਾ ਆਪ ਦਾ ਬੰਡੇ ਆਉਂਦਾ ਵੀ ਆ ਇੱਕ ਆਰਟਿਸਟ ਉਹ ਹੁੰਦਾ ਵੀ ਸਾਰਾ ਮਿਕਸ ਮਟੀਰੀਅਲ ਗਾਉਂਦਾ ਵੀ ਇੱਕ ਉਹਦਾ ਆ ਗਿਆ ਇੱਕ ਉਹਦਾ ਆ ਗਿਆ ਤਾਂ ਮੇਰੇ ਤੇ ਹਲੇ ਤੱਕ ਥੋੜਾ ਜਿਹਾ ਪਿੰਡਾਂ ਵਾਲਾ ਸਿਸਟਮ ਜਿਆਦਾ ਲੱਗਿਆ ਵੀ ਮੈਂ ਉਹ ਗਉਣਾ ਜਿਹੜਾ ਸੱਭਿਆਚਾਰ ਸਾਡਾ ਪਿੰਡਾਂ ਦੀਆਂ ਗੱਲਾਂ ਆਮ ਗਉਣਾ ਹਰ ਇੱਕ ਤਰ੍ਹਾਂ ਦਾ ਕਿਉਂਕਿ ਇੱਕ ਜਿਹੜਾ ਗੀਤ ਹੈ ਜੇ ਉਹ ਮੰਨ ਲਓ ਅੱਜ ਵੱਡਾ ਗਿਆ ਤਾਂ ਉਹ ਸਭ ਨਹੀਂ ਸੁਣਿਆ ਉਹਦੇ ਕੋਈ ਐ ਨਹੀਂ ਹੈਗਾ ਵੀ ਇਹ ਪਿੰਡਾਂ ਦਾ ਹੈ ਸ਼ਹਿਰਾਂ ਦਾ ਸ਼ਹਿਰਾਂ 'ਚ ਵੀ ਲੋਕ ਪਿੰਡਾਂ ਤੋਂ ਹੀ ਆ ਕੇ ਰਹਿੰਦੇ ਆ ਪਰ ਮੈਨੂੰ ਮੇਰੇ ਵੀ ਮੇਰੀ ਰੂਹ ਨੂੰ ਚੰਗਾ ਲੱਗਦਾ ਵੀ ਜੇ ਮੈਂ ਕੋਈ ਪਿੰਡ ਦੀ ਗੱਲ ਕਰਾਂ ਤੁਸੀਂ ਜ਼ਿਆਦਾਤਰ ਮੇਰੇ ਗੀਤਾਂ 'ਚ ਦੇਖਿਓ ਪਿੰਡਾਂ ਚ ਹੀ ਫਲਮਾਕਣ ਹੋਊਗਾ ਕਦੇ ਉਹਨਾਂ ਚ ਐ ਨਹੀਂ ਹੋਊਗਾ ਵੀ ਵੱਡੇ ਵੱਡੇ ਸ਼ਹਿਰਾਂ ਚ ਜਿਹੜੀ ਮੈਂ ਕੋਈ ਵੀ ਗਾਣਾ ਲੈ ਕੇ ਆਉਂਗਾ ਉਹਦੇ ਚ ਪਿੰਡ ਨਾਲ ਕਿਤੇ ਨਾ ਕਿਤੇ ਚੀਜ਼ਾਂ ਜੁੜੀਆਂ ਹੋਈਆਂ ਹੋਣਗੀਆਂ ਤਾਂ ਗਾਣੇ ਉਹਨਾਂ ਨੇ ਸਾਰੇ ਸੁਣੇ ਸੀ ਜੀ ਮੇਰੇ ਤੇ ਕਦੇ ਡਿਮਾਂਡ ਹੋਈ ਆ ਜਾਂ ਕਦੇ ਫਿਰ ਵਿਆਹ ਤੋਂ ਬਾਅਦ ਕੋਈ ਖਾਸ ਗਾਣਾ ਨਹੀਂ ਐਦਾਂ ਦਾ ਨਹੀਂ ਮੈਂ ਉਹ ਵੀ ਤੁਹਾਨੂੰ ਕਹਿ ਦਵਾਂ ਕਿ ਮੈਨੂੰ ਲੱਗਦਾ ਹੋ ਕਿ ਵਿਆਹ ਤੋਂ ਬਾਅਦ ਧਰਨੇ 'ਚ ਮਸ਼ਰੂਫ ਹੋ ਗਏ ਸੀਗੇ ਤੇ ਸਮਾਂ ਨਹੀਂ ਲੱਗਿਆ ਕਿਤੇ ਵਿਆਹ ਦੇ ਹਾਂ ਜਦੋਂ ਦਰਮਿਆਨ ਹੀ ਉਹ ਧਰਨਾ ਆਪਣਾ ਉਦੋਂ ਸਰਗਰਮ ਸੀਗਾ ਤਾਂ ਵੀਰ ਭਰਾ ਸਾਰੇ ਇੱਕ ਇੱਕ ਜੁੜੇ ਹੋਏ ਸੀ ਵੀ ਹਾਂ ਯਾਰ ਖਿੱਚ ਕੇ ਕੰਮ ਅਸੀਂ ਖੇਤੀ ਕੋਈ ਨਾ ਕੋਈ ਡਿਸੀਜਨ ਲੈ ਆਵਾਂਗੇ ਅੱਜ ਮੇਰਾ ਵਿਆਹ ਹੋਇਆ ਤੇ ਦੂਜੇ ਦਿਨ ਮੈਂ ਦਿੱਲੀ ਪਹੁੰਚ ਗਿਆ ਸੀ ਬਿਲਕੁਲ ਬਿਲਕੁਲ ਉੱਥੇ ਆਪਾਂ ਮਿਲੇ ਵੀ ਸੀਗੇ ਹਾਂ ਆਪਾਂ ਮਿਲੇ ਵੀ ਸੀ ਤਾਂ ਤਾਂ ਮੈਨੂੰ ਲੱਗਦਾ ਵੀ ਅ ਇਸ ਗੱਲ ਨੂੰ ਮੈਂ ਲੱਕੀ ਆ ਵੀ ਕੋਈ ਐਡਾ ਕਦੇ ਉਹਨਾਂ ਨੇ ਵਿਚਾਰਿਆਂ ਨੇ ਕੋਈ ਐ ਨਹੀਂ ਕਿਹਾ ਮੈਨੂੰ ਮੇਰਾ ਪਲਾਨ ਸੀਗਾ ਵੀ ਹੁਣ ਆਹ ਬਾਹਰ ਕਿਉਂਕਿ ਮਾਰਚ ਅਪ੍ਰੈਲ ਤੋਂ ਬਾਅਦ ਸਾਡੇ ਬਾਹਰ ਲਿਆ ਮੁਲਕਾਂ 'ਚ ਸ਼ੋਅ ਨੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਆ ਆਰਟਿਸਟ ਸਾਰੇ ਉਧਰ ਚਲੇ ਜਾਂਦੇ ਆ ਤਾਂ ਮੈਨੂੰ ਸੀਗਾ ਵੀ ਅਸੀਂ ਜਾਵੜਾਂਗੇ ਕਿਸੇ ਪਾਸੇ ਉਹ ਹੁਣ ਉਹ ਕਰੋਨੇ ਵਾਲਾ ਕੰਮ ਹੋ ਗਿਆ ਤੇ ਹੁਣ ਤਾਂ ਫਿਰ ਜਮਾਂ ਘਰ ਹੀ ਬੈਠੇ ਆ ਸੋ ਇਦਾਂ ਦੀ ਕਦੇ ਕੋਈ ਹਲੇ ਤੱਕ ਦਿੱਕਤ ਨਹੀਂ ਆਈ ਪਰ ਇਹ ਇੱਕ ਮਲਾਲੂ ਵੀ ਸੁਭਾਅ ਹੁੰਦਾ ਕੁੜੀਆਂ ਦਾ ਉਹ ਹਮੇਸ਼ਾ ਕਹਿੰਦੇ ਆ ਵੀ ਆਪਾਂ ਕਿਤੇ ਜਾਈਏ ਕਿਤੋਂਵੇਂ ਚਲੋ ਨਿਕਲਣਾ ਔਖਾ ਹੋ ਜਾਂਦਾ ਕਈ ਵਾਰੀ ਤਾਂ ਜ਼ਰੂਰ ਉਹ ਕਹਿੰਦੇ ਆ ਵੀ ਕਿਤੇ ਨਾ ਕਿਸੇ ਪਾਸੇ ਘੁੰਮ ਕੇ ਆਈਏ ਜਾ ਕੇ ਆਈਏ ਜਿੱਥੇ ਤੱਕ ਫਿਰ ਸਾਨੂੰ ਆ ਪਹਾੜਾਂ ਦੇ ਨੇੜੇ ਤਿਲਕ ਤੇ ਸ਼ਿਮਲਾ ਸ਼ਿਮਲਾ ਮਾੜਾ ਮੂਟਾ ਕਦੇ ਇੱਕ ਅੱਧੀ ਵਾਰੀ ਮਨ ਲੱਗ ਗਿਆ ਹੂੰਗਾ ਕੋਈ ਵੱਡਾ ਜੇ ਕਹਿ ਦਈਏ ਵੀ ਕੋਈ ਜਿਵੇਂ ਹਨੀਮੂਨ ਟੈਪ ਕੋਈ ਜਾਂ ਹੋਰ ਘੁੰਮਣ ਫਿਰਨ ਵਾਲਾ ਉਹ ਨਹੀਂ ਹਲੇ ਤੱਕ ਕੁਝ ਹੋਇਆਗਾ ਪਰ ਜਾਈ ਫਿਰ ਨਰਾਜ਼ ਤਾਂ ਨਹੀਂ ਕਿਤੇ ਮੈਂ ਇਸ ਗੱਲ ਨੂੰ ਮੈਨੂੰ ਲੱਗਦਾ ਵੀ ਮੈਂ ਲੱਕੀ ਹਾਂ ਉਹ ਵਿਚਾਰੀ ਨੇ ਕਦੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਅੱਛਾ ਤਾਂ ਮੇਰੀ ਇਹ ਕਿਸਮਤ ਹੀ ਆ ਤੁਸੀਂ ਕਹਿ ਲਓ ਵਧੀਆ ਪਰਿਵਾਰ ਚੰਗਾ ਮਿਲਿਆ ਭਾਈ ਬਾਜਵਾ ਵੀ ਸਾਡਾ ਭਰਾ ਭਾਉ ਵਧੀਆ ਆ ਜੋ ਖੁਸ਼ ਰੱਖ ਰਿਹਾ ਅੱਛਾ ਪਿੰਡਾਂ ਦੇ ਵਿੱਚ ਜਾਂ ਗਾਣਿਆਂ ਦੀ ਗੱਲ ਕਰ ਰਹੇ ਸੀ ਆਪਾਂ ਕਹਿ ਰਹੇ ਸੀ ਗਾਣਾ ਵੱਡਾ ਹੋ ਜਾਂਦਾ ਨਾ ਰੇਂਜ ਰੋਵਰ ਆ ਗਈ ਜੇ ਫਲਾਨੀ ਗੱਡੀ ਆ ਗਈ ਇਹ 35 ਪਰਚਿਆਂ ਨਾਲ ਵੀ ਗਾਣਾ ਵੱਡਾ ਹੋ ਜਾਂਦਾ ਏ ਭਾਈ ਮੈਂ ਹੁਣੇ ਸੁਣਦਾ ਆਇਆ ਸੀ ਗੱਡੀ 'ਚ ਹਾਂ ਇਹ ਪਰਚਿਆਂ ਨਾਲ ਨਹੀਂ ਗਾਣਾ ਵੱਡਾ ਹੁੰਦਾ ਪਰਚਿਆਂ ਨਾਲ ਬੰਦਾ ਬੰਦਾ ਵੀ ਨਹੀਂ ਵੱਡਾ ਹੁੰਦਾ ਮਤਲਬ ਇਹ ਉਹ ਡਿਮਾਂਡ ਐਂਡ ਸਪਲਾਈ ਵਾਲਾ ਕੰਮ ਹੋ ਜਾਂਦਾ ਜਿਵੇਂ ਹੈਗੀਆਂ ਤਾਂ ਇਹ ਚੀਜ਼ਾਂ ਮਾੜੀਆਂ ਹੀ ਨੇ ਅਸਰ ਵੀ ਪਾਉਂਦੀਆਂ ਨੇ ਪਰ ਕਈ ਵਾਰੀ ਫਿਰ ਇਹ ਹੋ ਜਾਂਦਾ ਵੀ ਇੱਕ ਵਹਿਣ ਹੁੰਦਾ ਕਈ ਚੀਜ਼ਾਂ ਜਦੋਂ ਤੁਸੀਂ ਕਰ ਲੈਨੇ ਹੋ ਫਿਰ ਤੁਹਾਡੇ ਸਮਝ 'ਚ ਆਉਂਦੀਆਂ ਨੇ ਵੀ ਹਾਂ ਯਾਰ ਜਿਵੇਂ ਹੁਣ ਮੈਂ ਨਾ 4 6 ਸਾਲ ਦਾ ਮੇਰਾ ਕੈਰੀਅਰ ਹੋ ਗਿਆ ਤੇ ਤੁਸੀਂ ਬਲੀਵ ਕਰਿਓ 5 ਸਾਲਾਂ ਚ ਮੈਂ ਕਦੇ ਵੀ ਕੋਈ ਉਦਾਂ ਦਾ ਗਾਣਾ ਗਾਇਆ ਹੀ ਨਹੀਂ ਵੀ ਜਿਹਦੇ ਚ ਕੋਈ ਸਿੱਖ ਹੋਵੇ ਕਮਰਸ਼ੀਅਲ ਮਤਲਬ ਕੋਈ ਲੱਚਰ ਵੀ ਨਹੀਂ ਗਾਇਆ ਮੈਂ ਜੀ ਜੀ ਮਤਲਬ ਟੋਟਲ ਕਮਰਸ਼ੀਅਲ ਗਾਇਆ ਵੀ ਹਾਂ ਇਹ ਗਾਣੇ ਨੇ ਮੈਨੂੰ ਇੰਨਾ ਬੈਨੀਫਿਟ ਦੇਣਾ ਇਹਨੇ ਮੇਰੇ ਇੰਨੇ ਸ਼ੋਅ ਲਵਾ ਦੇਣੇ ਨੇ ਮੈਂ ਉਹ ਗਾਤਾ ਫਿਰ ਇੱਕ ਦਿਨ ਮੈਂ 바ਵੀ ਦਾ ਗਾਣਾ ਸੁਣਿਆ ਇੱਕ ਬਾਵੇ ਦਾ ਗਾਣਾ ਆਇਆ ਸੀਗਾ ਮੈਂ ਕਿਸੇ ਪ੍ਰੋਗਰਾਮ ਤੇ ਜਾ ਰਿਹਾ ਸੀ ਉਹ ਗਾਣਾ ਬਹੁਤ ਵਧੀਆ ਸੀ ਉਹ लवली नूर ਦਾ ਲਿਖਿਆ ਹੋਇਆ ਸੀ ਗਾਣਾ ਮਤਲਬ ਉਹਦੇ ਚ ਆਪਣਾ ਇਤਿਹਾਸ ਵੀ ਆਪਣਾ ਵਿਰਸਾ ਵੀ ਉਹ ਗਾਣਾ ਸੁਣ ਕੇ ਨਾ ਮੈਨੂੰ ਇੱਕ ਅੰਦਰੋਂ ਜਿਹਾ ਲੱਗਿਆ ਵੀ ਯਾਰ ਕਦੇ ਆਪਾਂ ਜੱਸਿਆ ਇਧਰਲੇ ਪਾਸੇ ਨੂੰ ਕਦੇ ਗਏ ਹੀ ਨਹੀਂ ਹੈਗੇ ਯਾਰ ਹਨਾ ਵੀ ਕਿੱਡਾ ਸੋਹਣਾ ਗਾਣਾ ਹੈ ਤੇ ਕਿੱਡੀ ਇਹ ਵਧੀਆ ਗੱਲ ਹੈ ਵੀ ਚੱਲੇ ਨਾ ਚੱਲੇ ਇੱਕ ਬਾਤ ਦੀ ਗੱਲ ਹੈ ਹੂੰ ਵੀ ਤੁਹਾਨੂੰ ਗਾਉਣਾ ਤਾਂ ਚਾਹੀਦਾ ਨਾ ਤੁਸੀਂ ਡਿਸੀਜਨ ਨਹੀਂ ਪਹਿਲਾਂ ਦੇ ਸੱਦ ਦੇ ਦੇ ਨੇ ਚੱਲਣਾ ਨਹੀਂ ਤੁਸੀਂ ਕਰਕੇ ਤਾਂ ਦੇਖੋ ਹੋ ਸਕਦਾ ਲੋਕ ਕੌਣੋ ਕਿੰਨੇ ਆਏ ਕਿੰਨੇ ਗਏ ਆਪਾਂ ਗੱਲ ਕੀਤੀ ਐ ਜੇ ਤੁਸੀਂ ਸੁਣਿਆ ਆਬਵੀਅਸਲੀ ਗਲਤ ਤਾਂ ਗੱਲ ਕੀਤੀ ਐ ਤਾਂ ਫਿਰ ਉਦੋਂ ਬਾਅਦ ਚ ਬਾਈ ਜੀ ਮੈਂ ਲੋਕਤੱਤ ਜਿਹੜੇ ਸਾਡੇ ਸਮਾਜ ਨੂੰ ਸਿਹਤ ਦਿੰਦੇ ਆ ਮੈਂ ਆਪਣੇ ਬਗਾਨੇ ਹੂੰ ਲੋਕਤੱਤ ਧਾਰਮਿਕ ਗਾਣੇ ਉਹ ਸ਼ੁਰੂ ਕਰਤੇ ਜੀ ਜੀ ਕਿਉਂਕਿ ਜਦੋਂ ਕਹਿੰਦਾ ਵੀ ਬੰਦਾ ਜਾਗ ਗਿਆ ਉਦੋਂ ਹੀ ਸਵੇਰਾ ਮੈਨੂੰ ਲੱਗਿਆ ਮੈਨੂੰ ਫੀਲ ਹੋਇਆ ਮੈਨੂੰ ਕਿਸੇ ਨੇ ਕਿਹਾ ਨਹੀਂ ਪ੍ਰੈਸ਼ਰ ਨਹੀਂ ਮੇਰੇ ਤੇ ਪਾਇਆ ਵੀ ਤੂੰ ਇਦਾਂ ਦੇ ਗਾਣੇ ਗਾ ਮੈਨੂੰ ਲੱਗਿਆ ਵੀ ਇਹ ਮੇਰਾ ਫਰਜ ਹੈ ਕੱਲ ਨੂੰ ਮੇਰੇ ਕੋਲ ਇੱਕ ਕੈਟਲੌਗ ਹੋਣਾ ਚਾਹੀਦਾ ਹੈ ਉਹਦੇ ਚ ਹਰ ਇੱਕ ਤਰ੍ਹਾਂ ਦਾ ਰੰਗ ਹੋਣਾ ਚਾਹੀਦਾ ਤਾਂ ਹੁਣ ਇਹਨਾਂ ਫਿਊਚਰ ਦੇ ਵਿੱਚ ਵੀ ਉਦਾਂ ਦੇ ਮੇਰੇ ਕਈ ਗਾਣੇ ਰਿਕਾਰਡ ਕੀਤੇ ਹੋਏ ਆ ਵੀ ਜਿਨ੍ਹਾਂ ਨਾਲ ਇੱਕ ਸਮਾਜਿਕ ਸੇਧ ਵੀ ਆਪਾਂ ਬਹੁਤ ਚੰਗੇ ਤਰੀਕੇ ਨਾਲ ਦੇ ਦਈਏ ਤੇ ਦੂਜਾ ਇਹ ਵੀ ਹੈ ਵੀ ਆਪਣੇ ਵੀ ਦਿਲ ਨੂੰ ਸੰਤੋਸ਼ਟੀ ਹੋ ਜਵੇ ਸਮਾਜ 'ਚ ਜੋ ਚੱਲ ਰਿਹਾ ਹੈ ਉਹਦੇ 'ਚ ਵੀ ਆਪਣਾ ਸਾ ਪੈ ਸਕਦਾ ਜ਼ਰੂਰੀ ਹੈ ਇਸ ਵਕਤ ਕਿ ਜੇਕਰ ਅਸੀਂ ਇਸ ਵਕਤ ਕਿਸਾਨ ਐਂਥਮ ਦੀ ਗੱਲ ਕਰ ਲਈਏ ਜਾਂ ਕਿਸਾਨੀ ਨੂੰ ਲੈ ਕੇ ਜਿੰਨੇ ਵੀ ਗੀਤ ਆਏ ਨੇ ਚਾਹੇ ਅਸੀਂ ਇਹ ਗੱਲ ਕਰਦੇ ਹਾਂ ਕਿ ਜ਼ਮੀਨ ਨਹੀਂ ਤਾਂ ਜ਼ਮੀਰ ਤਾਂ ਹੈ ਉਹ ਜ਼ਮੀਰ ਜ਼ਰੂਰ ਜਾਗਤ ਰੱਖਣਾ ਚਾਹੀਦਾ ਕਲਾਕਾਰ ਕਿਉਂਕਿ ਸ਼ੀਸ਼ਾ ਆ ਸ਼ੀਸ਼ਾ ਦਿਖਾਉਣਾ ਜ਼ਰੂਰੀ ਹੈ ਦੌਰ ਬਦਲ ਗਿਆ ਜਸ ਜੇਕਰ ਅਸੀਂ ਗਾਣਿਆਂ ਦੀ ਗੱਲ ਕਰਦੇ ਹਾਂ ਤਾਂ ਦੌਰ ਜ਼ਰੂਰ ਬਦਲ ਗਿਆ ਸੀ ਇਹ ਲੱਗਦਾ ਸੀ ਵੀ ਸਾਹਿਤ ਨੇ ਬਹੁਤ ਵੱਡੀ ਦੇਣ ਦਿੱਤੀ ਆ ਕਿਸਾਨ ਅੰਦੋਲਨ ਦੌਰਾਨ ਪਰ ਉਹ ਦੌਰ ਫਿਰ ਪੁੱਠੇ ਪਾਸੇ ਨਹੀਂ ਤੁਰ ਪਿਆ ਮੈਨੂੰ ਲੱਗਦਾ ਨਹੀਂ ਉਸ ਤੋਂ ਬਾਅਦ ਗਾਣੇ ਆਉਣੇ ਵੀ ਬੰਦ ਹੋ ਗਏ ਸ਼ਾਇਦ ਉਹ ਕਿਤੇ ਨਾ ਕਿਤੇ ਡਿਮਾਂਡ ਸਪਲਾਈ ਵਾਲੀ ਗੱਲ ਹੋਗੀ ਸ਼ਾਇਦ ਉਹ ਕਿਤੇ ਨਾ ਕਿਤੇ ਲੋਡ ਸੀ ਹਜੇ ਕਿ ਦੁਬਾਰਾ ਚਿੰਗ ਜਗਾਈ ਜਾਂਦੀ ਤਾਂ ਗਾਣੇ ਦੁਬਾਰਾ ਹੋਰ ਆਉਂਦੇ ਇਹ ਨਾ ਜਿਹੜੀ ਜਿਹੜਾ ਹੁੱਕਾ ਮੁਹੀਮ ਵਾਲੀ ਆਪਾਂ ਗੱਲ ਕੀਤੀ ਆ ਪਹਿਲਾਂ ਮੈਂ ਨਾ ਬਈ ਇਹਨਾਂ ਦਿਨਾਂ ਦਰਮਿਆਨ ਇੱਕ ਗੀਤ ਰਿਕਾਰਡ ਕਰਾਇਆ ਲਿਖਿਆ ਵੀ ਮੇਰਾ ਆਪ ਦਾ ਹੀ ਆ ਉਹ ਗਾਣਾ ਹੈ ਕਿ ਆਜੋ ਮੁੰਡਿਓ ਚੱਲਿਓ ਆਜੋ ਮੁੰਡਿਓ ਚੱਲੀਏ ਧਰਨੇ ਤੋਂ ਹੁੱਕਾ ਆਇਆ ਫਿਰ ਦੁਬਾਰੇ ਚੱਲੀਏ ਉੱਥੇ ਬਾਪੂ ਨੇ ਬੁਲਾਇਆ ਹੈ ਤਾਂ ਮੈਨੂੰ ਲੱਗਿਆ ਵੀ ਇਹ ਹੋਕਾ ਜਿਹੜਾ ਸ਼ਬਦ ਹੈ ਵੀ ਆਪਾਂ ਇਹਨੂੰ ਪਿੰਡਾਂ 'ਚ ਵੀ ਅਪਲਾਈ ਕਰ ਸਕਦੇ ਹਾਂ ਵੀ ਲਾਸਮੈਂਟ ਕਰ ਸਕਦੇ ਹਾਂ ਕੋਵਿਡ ਦਾ ਟਾਈਮ ਚੱਲਦਾ ਇਕੱਠ ਨਹੀਂ ਕਰ ਸਕਦੇ ਤਾਂ ਇਹ ਮੈਂ ਜਦੋਂ ਇਹਨਾਂ ਦਿਨਾਂ ਦਰਮਿਆਨ ਇਹ ਗਾਣਾ ਲਿਖਿਆ ਤਾਂ ਮੈਨੂੰ ਲੱਗਿਆ ਵੀ ਅੰਦਰੋਂ ਯਾਰ ਕੋਈ ਗਾਣਾ ਨਹੀਂ ਆ ਰਿਹਾ ਧਰਨੇ ਤੇ ਜਿਵੇਂ ਪਹਿਲਾਂ ਦੂਜਾ ਗਾਣਾ ਹੀ ਧਰਨੇ ਤੇ ਸੀ ਤੀਜਾ ਗਾਣਾ ਹੀ ਧਰਨੇ ਤੇ ਸੀ ਤਾਂ ਮੈਨੂੰ ਫਿਰ ਲੱਗਿਆ ਵੀ ਕਰਨਾ ਚਾਹੀਦਾ ਯਾਰ ਤਾਂ ਮੈਂ ਹੁਣ ਉਹ ਗਾਣਾ ਰਿਕਾਰਡ ਹੋ ਗਿਆ ਜੀ ਅਸੀਂ ਉਹਦਾ ਵੀਡੀਓ ਕੰਪਲੀਟ ਕਰਕੇ ਆਏ ਆ ਕੱਲ ਨੂੰ ਜਾਂ ਪਰਸੋਂ ਨੂੰ ਅਸੀਂ ਉਹ ਗਾਣਾ ਰਿਲੀਜ਼ ਕਰਦੇ ਆਂਗੇ ਹਮ ਰਿਕਾਰਡ ਕਰਾਈ ਨੂੰ ਹੋ ਗਏ 3-4 ਦਿਨ ਤਾਂ ਹੁਣ ਮੈਂ ਦੁਬਾਰੇ ਫਿਰ ਇੱਕ ਵਾਰੀ ਲਹਿਰ ਨੂੰ ਲੈ ਕੇ ਵੀ ਹੋਕਾ ਜਿਹੜਾ ਸ਼ੁਰੂ ਕੀਤਾ ਪਿੰਡਾਂ 'ਚ ਦੇਣਾ ਵੀ ਚੱਲੀਏ ਦਿੱਲੀ ਦੁਬਾਰੇ ਤੇ ਗੀਤ ਦੇ ਰਹੀਂ ਜਿਹੜਾ ਮੇਰਾ ਕੰਮ ਆ ਦੁਬਾਰੇ ਉਹ ਗੀਤ ਬਲਕਿ ਸਾਡੇ ਕਮਰਸ਼ੀਅਲ ਦੋ ਗਾਣੇ ਕੰਪਨੀਆਂ ਦੇ ਪਏ ਆ ਬਣੇ ਹੋਏ ਉਹ ਮੈਨੂੰ ਬੇਨਤੀ ਕੀਤੀ ਵੀ ਮੈਨੂੰ ਇੱਕ ਗਾਣਾ ਹੋਰ ਕਰ ਲੈਣ ਦਿਓ 10 ਦਿਨਾਂ ਦਾ ਟਾਈਮ ਦੋ ਉਦੋਂ ਬਾਅਦ ਆਪਾਂ ਤੁਹਾਡੇ ਵਾਲਾ ਗੀਤ ਰਿਲੀਜ਼ ਕਰ ਲਾਂਗੇ ਕਿਉਂਕਿ ਐਂਡ ਆਫ ਦਾ ਡੇ ਜਿਹੜਾ ਮੇਰਾ ਘਰ ਚੱਲਣਾ ਹੈ ਬਈ ਉਹ ਐਸੇ ਤੋਂ ਹੀ ਚੱਲਣਾ ਹੈ ਬਹੁਤ ਲੋਕ ਹੁਣ ਇਹ ਸਵਾਲ ਖੜੇ ਕਰਦੇ ਆ ਵੀ ਹੁਣ ਤਾਂ ਮਤਲਬ ਸਾਡੀ ਇੰਡਸਟਰੀ ਦੇ ਵੀ ਬੰਦੇ ਆ ਨਾ ਕਈ ਉਹ ਉਹੀ ਜੈਲਸ ਫੈਕਟਰ ਦੇ ਮਾਰੇ ਹੋਏ ਕੱਲ ਪਰਸੋਂ ਮੈਂ ਕਿਸੇ ਗੀਤਕਾਰ ਦੀ ਇੰਟਰਵਿਊ ਦੇਖ ਰਿਹਾ ਸੀ ਉਹ ਕਹਿੰਦਾ ਵੀ ਕਲਾਕਾਰ ਹੁਣ ਫਲੇਟਾਂ 'ਚ ਵੱੜ ਕੇ ਬਹਿ ਗਏ ਫਲਾਣਾ ਬਹਿਗੇ ਕਿਸੇ ਬੰਦੇ ਨੂੰ ਕੁਝ ਨਹੀਂ ਪਤਾ ਵੀ ਕਿਸ ਦੀ ਕੀ ਮਜਬੂਰੀ ਹੈ ਕਿਸ ਦਾ ਘਰ ਕਿਵੇਂ ਚੱਲਦਾ ਜੋ ਉਹਨੇ ਕਰਤਾ ਕਦੇ ਤੁਸੀਂ ਉਹਨੂੰ ਐਪਰੀਸ਼ੀਏਟ ਨਹੀਂ ਕਰੋਗੇ ਕਿਸੇ ਵੀ ਚਾਹੇ ਕਲਾਕਾਰ ਨੇ ਕਰਤਾ ਗੀਤਕਾਰ ਨੇ ਕਰਤਾ ਕਿਸੇ ਨੇ ਵੀ ਬੰਦੇ ਨੇ ਕਰਤਾ ਆਮ ਬੰਦੇ ਨੇ ਵੀ ਕਰਤਾ ਗਲਾਸ ਖਾਲੀ ਦਿਖਦਾ ਭਰਿਆ ਨਹੀਂ ਦਿਖਦਾ ਜਿੰਦਾ ਵੀ ਤਾਂ ਤੁਹਾਨੂੰ ਕੀ ਪਤਾ ਹੋ ਸਕਦਾ ਇਹਦਾ ਮਤਲਬ ਇਹ ਚੀਜ਼ ਬਾਈ ਸਾਡੇ ਨਾਲ ਬਹੁਤ ਵਾਰੀ ਹੋਈ ਆ ਹੁਣ ਇਹਨਾਂ ਦਿਨਾਂ ਦਰਮਿਆਨ ਅਸੀਂ ਦਿੱਲੀ ਗਏ ਆ ਸੰਗਤ ਚ ਸਮਾਨ ਲੈ ਕੇ ਵੀ ਗਏ ਆ ਚਲੋ ਥੋੜੇ ਕੈਮਰੇ ਤੇ ਵੀ ਬੋਲ ਦਿਨਾ ਹੈ ਨਾ ਗਏ ਆ ਆਏ ਆ ਤਾ ਸਾਡੀ ਇਹ ਪ੍ਰੋਬਲਮ ਵੀ ਅਸੀਂ ਉੱਥੇ ਜਾ ਕੇ ਆਏ ਲਾਈਵ ਨਹੀਂ ਹੋਏ ਵੀ ਭਈਆ ਐ ਇੰਨਾ ਆਟਾ ਲੈ ਕੇ ਆਏ ਇੰਨੀ ਚਿਨੀ ਲੈ ਕੇ ਆਏ ਆ ਫਿਰ ਤਾਂ ਉਹ ਕਲਾਕਾਰਾਂ ਨੂੰ ਪਤਾ ਲੱਗ ਜਾਂਦਾ ਵੀ ਗਏ ਆ ਹਨਾ ਹੁਣ ਇਹ ਕਹਿ ਦੇਣਾ ਬਹੁਤ ਸੌਖਾ ਹੁੰਦਾ ਵੀ ਫਲੇਟਾਂ 'ਚ ਬੜ ਕੇ ਬਹਿ ਗਏ ਉੱਥੇ ਗਏ ਨਹੀਂ ਕਿਸੇ ਨੂੰ ਤੁਸੀਂ ਪਤਾ ਤੁਸੀਂ ਕੋਈ ਕੈਮਰੇ ਵਾਲੇ ਥੋੜੀ ਛੱਡੇ ਹੋਏ ਨੇ ਜਾਂ ਤੁਸੀਂ ਜਸੂਸ ਥੋੜੀ ਛੱਡੇ ਹੋਏ ਨੇ ਕੋਈ ਕੌਣ ਜਾਣਦਾ ਕੋਣ ਨਹੀਂ ਜਾਣਦਾ ਤੇ ਫਿਰ ਜੇ ਅਸੀਂ ਨਹੀਂ ਗਏ ਤਾਂ ਤੁਸੀਂ ਕਿੰਨੀ ਕੁ ਵਾਰੀ ਗਏ ਹੋ ਤਾਂ ਇਹ ਤਾਂ ਇਹ ਤਾਂ ਇੱਕ ਬੇਤੁਕੀ ਬਹਿਸ ਹੋ ਗਈ ਬੇਤੁਕੇ ਸਵਾਲ ਹੋ ਗਏ ਕਿਸ ਤੇ ਚੁੱਕਣੇ ਜਿਹੜੇ ਬੰਦੇ ਤੋਂ ਜਿੰਨਾ ਸਰਦਾ ਵਰਦਾ ਉਹ ਕਰ ਰਿਹਾ ਹੈ ਕਿਸਾਨੀ ਸੰਘਰਸ਼ ਨੂੰ ਲੈ ਕੇ ਜਦੋਂ ਅਸੀਂ ਘਰਾਂ ਚੋਂ ਨਿਕਲੇ ਸੀ ਅਸੀਂ ਸੌਹਾਂ ਗਾਧੀਆਂ ਸੀ ਵੀ ਜਦੋਂ ਤੱਕ ਕੋਈ ਮਸਲਾ ਨਹੀਂ ਹੱਲ ਹੁੰਦਾ ਅਸੀਂ ਡਟੇ ਰਹਾਂਗੇ ਸਾਡੇ ਪਰਿਵਾਰ ਤੇ ਦਿੱਲੀੋਂ ਕਿੰਨਾ ਕਿੰਨਾ ਪ੍ਰੈਸ਼ਰ ਪਿਆ ਹੈ ਬਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬੋਲ ਕੇ ਕਿੰਨੇ ਕਿੰਨਾ ਕੁਸ਼ ਕੀਤਾ ਪਰ ਅਸੀਂ ਉਹ ਚੀਜ਼ਾਂ ਪਬਲਿਕਲੀ ਨਹੀਂ ਲੋਕਾਂ ਨੂੰ ਦੱਸਦੇ ਵੀ ਯਾਰ ਸਾਡੇ ਤੇ ਆ ਹੋ ਗਿਆ ਆ ਹੋ ਗਿਆ ਠੀਕ ਆ ਮਰਦਾਂ ਨਾਲੇ ਹੁੰਦੀ ਆ ਦੁਨੀਆ ਨਾਲ ਹੁੰਦੀ ਆ ਕੋਈ ਚੱਕਰ ਨਹੀਂ ਆਪਣੀ ਕੌਮ ਲਈ ਸਾਡੇ ਤੇ ਉਹ ਤਸ਼ੱਦਦ ਵੀ ਕਰ ਲੈਣਗੇ ਕੋਈ ਚੱਕਰ ਨਹੀਂ ਸਾਡੀ ਭਰਾ ਨੇ ਜਿਹੜੇ ਜ਼ਿਲਾਂ ਘਟ ਕੇ ਆਏ ਨੇ ਇਹ ਤਾਂ ਗੱਲਾਂ ਬਹੁਤ ਛੋਟੀਆਂ ਨੇ ਪਰ ਜਿੰਨਾ ਸਾਡੇ ਤੋਂ ਸਰਦਾ ਵਰਦਾ ਹੈ ਅਸੀਂ ਦੁਬਾਰੇ ਇੱਕ ਚੰਗਿਆੜੀ ਫਿਰ ਖੜੀ ਕਰ ਰਹੇ ਹਾਂ ਉਹ ਉਹਨੂੰ ਨਾਲ ਲੈ ਕੇ ਚੱਲਣਾ ਪੋਜੀਟਿਵ ਹੋ ਕੇ ਚੱਲਣਾ ਵੀ ਹਾਂ ਦੁਬਾਰੇ ਇਹ ਗੱਲ ਕਹਿਣਾ ਮੇਰੇ ਤੋਂ ਅੱਜ ਕੋਈ ਪੁੱਛੇ ਬੰਦਾ ਵੀ ਹੁਣ ਕਿਸਾਨੀ ਸੰਘਰਸ਼ ਦਾ ਕੀ ਹਾਲਚਾਲ ਹੈ ਜਾਂ ਕੀ ਮਕਸਦ ਹੈ ਤਾਂ ਮੈਂ ਇਹ ਗੱਲ ਕਹੂੰਗਾ ਵੀ ਯਾਰ ਮੈਂ ਦੁਬਾਰੇ ਬੇਨਤੀ ਕਰੂੰਗਾ ਆਪਣੇ ਕਲਾਕਾਰ ਭਰਾਵਾਂ ਨੂੰ ਵੀ ਹੁਣ ਕੰਮ ਕੰਡਿਆਂ ਤੇ ਆਉ ਗੀਤ ਚ ਵੀ ਇਹੀ ਹੈ ਹੁਣ ਤਾਂ ਕੰਮ ਹੈ ਕਹਿੰਦਾ ਜਿਹੜੇ ਕਹਿੰਦੇ ਕੰਮ ਠੰਡਾ ਪੈ ਗਿਆ ਆਜੋ ਮੁੜ ਕੇ ਗਰਮ ਕਰ ਦਈਏ ਅਨਪੜ ਟੋਲਾ ਵਿੱਚ ਸੱਤਾ ਦੇ ਜਾ ਕੇ ਚਲੋ ਬਿਸ਼ਰਮ ਕਰ ਦਈਏ ਹੂੰ ਹੁਣ ਤਾਂ ਕੰਮ ਐ ਕੰਡਿਆਂ ਤੇ ਦਿਲ ਠੰਡਾ ਕਾਨੂੰ ਪਾਇਆ ਏ ਆਜੋ ਮੁੰਡਿਓ ਚਲਿਏ ਧਰਨੇ ਤੋਂ ਹੁੱਕਾ ਆਇਆ ਏ ਇਹ ਮੈਂ ਕਹੂੰਗਾ ਵੀ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਇੱਕ ਵਾਰੀ ਹੁਣ ਪਿੰਡਾਂ ਚ ਨਿਕਲੀ ਏ ਮੈਂ ਹੁਣ ਲਾਈਵ ਇੰਸਟਾਗ੍ਰam ਤੇ ਕੀਤਾ ਅੱਜ ਵੀ ਗਿਆ ਵੀ ਬਾਕੀ ਕਲਾਕਾਰ ਸੱਟ ਪੰਜਾਬ ਚ 12000 ਪਿੰਡਾਂ ਮੈਂ ਕਲਾ ਕਵਰ ਨਹੀਂ ਕਰ ਸਕਦਾ ਮੇਰੇ ਭਰਾ ਵੀ ਆਉਣ ਨਾਲ ਕਲਾਕਾਰ ਛੱਡੋ ਹੋਰ ਵੀ ਜਿਹੜੇ ਬੁੱਧੀਜੀਵੀ ਨੇ ਉਹ ਵੀ ਆਉਣ ਇਹ ਤਾਂ ਹੈਗੀ ਇਹ ਗੱਲ ਇੱਕ ਭਾਈਚਾਰੇ ਦੀ ਹੁਣ ਮੈਂ ਇੱਥੇ ਬਹਿ ਕੇ ਕਹਾ ਕਲਾਕਾਰ ਤੋਂ ਜੀ ਆਪ ਦਾ ਆਪ ਦਾ ਫੇਮ ਭਾਲਦੇ ਸੀ ਧਰਨੇ ਤੇ ਜਾ ਕੇ ਹੁਣ ਉਹ ਫਲੇਟਾਂ 'ਚ ਵੜ ਕੇ ਬਹਿ ਗਏ ਇਹ ਹੈਗੀ ਆ ਮੂਰਖਤਾ ਦੀ ਨਿਸ਼ਾਨੀ ਇਹ ਹੈਗੀ ਆ ਜੈਲਸ ਦੀ ਨਿਸ਼ਾਨੀ ਵੀ ਤੁਸੀਂ ਉਹਨਾਂ ਦੀ ਪਾਪੂਲਰਿਟੀ ਤੋਂ ਛੜਦੇ ਹੋ ਕਿਉਂਕਿ ਤੁਹਾਨੂੰ ਲੋਕ ਬੇਰਾਂ ਬੱਟੇ ਨਹੀਂ ਪੁੱਛਦੇ ਇਹ ਹੈਗੀ ਆ ਇੱਕ ਅੰਦਰੋਂ ਤੁਹਾਡੀ ਭਾਵਨਾ ਤੁਹਾਡੀ ਮਾਨਸਿਕਤਾ ਵੀ ਤੁਸੀਂ ਕੀ ਸੋਚਦੇ ਹੋ ਸੰਘਰਸ਼ ਵਾਸਤੇ ਜਦੋਂ ਤੁਸੀਂ ਇੰਨੇ ਜ਼ਹਿਰ ਨਾਲ ਭਰੇ ਪਏ ਹੋ ਤਾਂ ਤੁਸੀਂ ਕਿਸੇ ਦਾ ਕੀ ਭਲਾ ਕਰ ਲੋਗੇ ਗੱਲ ਹਮੇਸ਼ਾ ਪੰਜਾਬੀ ਭਾਈਚਾਰੇ ਚ ਇਹੀ ਰਹੀ ਆ ਵੀ ਆਪਾਂ ਇੱਕ ਦੂਜੇ ਨੂੰ ਨਾ ਦੇਖ ਕੇ ਪਤਾ ਨਹੀਂ ਕਿਉਂ ਜਰਦੇ ਨਹੀਂ ਹੈਗੇ ਜੇ ਇਹ ਰਲ ਕੇ ਚੱਲੀਏ ਤਾਂ ਐਡੇ-ਐਡੇ ਮਸਲੇ ਖੜੀ ਨਾ ਹੋਣ ਹੁਣ ਗੱਲਾਂ ਬਹੁਤ ਲੰਬੀਆਂ ਹੋ ਜਾਂਦੀਆਂ ਨੇ ਮੈਨੂੰ ਲੱਗਦਾ ਵੀ ਏਕਤਾ ਨਾਲ ਚੱਲਣ ਚ ਹੀ ਮਸਲੇ ਹੱਲ ਹੋਣਗੇ ਇਦਾਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਕੇ ਇੱਕ ਦੂਜੇ ਨੂੰ ਮਾੜਾ ਚੰਗਾ ਕਹਿ ਕੇ ਮਸਲਿਆਂ ਦਾ ਹੱਲ ਨਹੀਂ ਹੋਊਗਾ ਅੱਛਾ ਬਾਜੀ ਬਾਜੀ ਨਾਲ ਨਾਲ ਆਪਾਂ ਗਾਇਕੀ ਦੇ ਸਫ਼ਰ ਦੀ ਵੀ ਗੱਲ ਕਰ ਰਹੇ ਸੀ ਅੱਛਾ ਉਹ ਗਾਣਿਆਂ ਦੇ ਵਿੱਚ ਗਾਲ੍ਹਾਂ ਦੀ ਵਰਤੋਂ ਕਰਨੀ ਹਾਲਾਂਕਿ ਉਹਨੂੰ ਪੰਜਾਬੀ ਭਾਸ਼ਾ 'ਚ ਨਾ ਸੀ ਅੰਗਰੇਜ਼ੀ ਭਾਸ਼ਾ 'ਚ ਕਰ ਲੈਣਾ ਇਹ ਠੀਕ ਲੱਗਦਾ ਆ ਬਾਜੀ ਦੇਖੋ ਇੱਕਦਮ ਰੰਗ ਅੰਗਰੇਜ਼ੀ 'ਚ ਹੱਥ ਬੜਾ ਤੰਗ ਆ ਤੇ ਮੈਨੂੰ ਤਾਂ ਇਹ ਚੀਜ਼ਾਂ ਸਮਝ ਹੀ ਨਹੀਂ ਆਉਂਦੀਆਂ ਪਹਿਲੀ ਗੱਲ ਤੇ ਦੂਜੀ ਗੱਲ ਇਹ ਆ ਵੀ ਮੋਸਟਲੀ ਜਿਹੜੇ ਸਾਡੇਆਂ ਗੀਤਾਂ ਦੇ ਨਾਮ ਹੁੰਦੇ ਨੇ ਅਸੀਂ ਪੰਜਾਬੀ 'ਚ ਹੀ ਰੱਖਦੇ ਆਂ ਜ਼ਿਆਦਾਤਰ ਤਾਂ ਗਾਲ ਦਾ ਉਪਯੋਗ ਦੇਖੋ ਗਾਲ ਤਾਂ ਗਾਲ ਹੀ ਹੈ ਚਾਹੇ ਛੋਟੀ ਹੈ ਚਾਹੇ ਮਤਲਬ ਗਾਲ ਤਾਂ ਇਹ ਮਾਪਦੰਡ ਹੁੰਦਾ ਨਹੀਂ ਇਹ ਵੱਡੀ ਹੈ ਛੋਟੀ ਹੈ ਤਾਂ ਗਾਲ ਤਾਂ ਮੈਨੂੰ ਲੱਗਦਾ ਵੀ ਕਿਸੇ ਨੂੰ ਕੀ ਸਿਹਤ ਦੇ ਸਕਦੀ ਹੈ ਕਿਸੇ ਨੂੰ ਕੀ ਸਿੱਖਿਆ ਦੇ ਸਕਦੀ ਹੈ ਚਲੋ ਸਾਲਾ ਸ਼ਬਦ ਹੈ ਅਸੀਂ ਪੰਜਾਬੀ 'ਚ ਇੱਕ ਇਹ ਸਾਡਾ ਅਸੀਂ ਇਹਨੂੰ ਕਹਿੰਦੇ ਆਂ ਵੀ ਪੰਜਾਬੀ ਕਹਿੰਦੇ ਵੀ ਨਹੀਂ ਸਾਡੇ ਲਈ ਤਾਂ ਇਹ ਗਾਲ ਹੀ ਨਹੀਂ ਹੈਗੀ ਨਾ ਸਾਲਾ ਚਲੋ ਇੱਕ ਰਿਸ਼ਤਾ ਵੀ ਹੈ ਪਰ ਠੀਕ ਆ ਉੱਥੇ ਕਿ ਤੱਕ ਸਮਝ ਆ ਵੀ ਜਾਂਦਾ ਹੱਲ ਹੋ ਵੀ ਜਾਂਦਾ ਪਰ ਮੈਨੂੰ ਲੱਗਦਾ ਵੀ ਆ ਜਿਹੜਾ ਅਸਿੱਧਮ ਸਿੱਧਾ ਚੱਲਣ ਲੱਗ ਗਿਆ ਕੰਮ ਇਹ ਕਿਤਨਾ ਕਿਤੇ ਜਾ ਕੇ ਆਉਣ ਵਾਲੀ ਸਮਾਜ ਲਈ ਤਾਂ ਬਹੁਤ ਮਾੜੀਆਂ ਨਿਸ਼ਾਨੀਆਂ ਨੇ ਨਹੀਂ ਹੋਣਾ ਚਾਹੀਦਾ ਮੇਰਾ ਇਹ ਮੰਨਣਾ ਤਾਂ ਮੈਂ ਤਾਂ ਨਹੀਂ ਕਦੇ ਕਰੂੰਗਾ ਇਹ ਵੀ ਮੈਂ ਤੁਹਾਡੇ ਚੈਨਲ ਤੇ ਮੰਨਦਾ ਵੀ ਉਹ ਮੇਰਾ ਹੋ ਸਕਦਾ ਪਿਛਲੇ ਚ ਕੋਈ ਸਾਲਾ ਸੂਲਾ ਆ ਸਕਦਾ ਮੈਂ ਮੰਨਦਾ ਪਰ ਇਹਨਾਂ ਫਿਊਚਰ 'ਚ ਨਹੀਂ ਕਦੇ ਕੋਈ ਐ ਹੋਊਗਾ ਵੀ ਵੀ ਫਲਾਣਾ ਜੀ ਆ ਜਿਹੜਾ ਪੰਜਾਬੀ ਤੋਂ ਅੰਗਰੇਜ਼ੀ ਵਾਲਾ ਗਾਲ ਨੇ ਤਾਂ ਗਾਲ ਹੀ ਰਹਿਣਾ ਚਾਹੀਏ ਉਹ ਅੰਗਰੇਜ਼ੀ 'ਚ ਹੈ ਜੇ ਉਹ ਪੰਜਾਬੀ 'ਚ ਹੈ ਬਿਲਕੁਲ ਬਸ ਹੁਣ ਉਹ ਪਤਾ ਨਹੀਂ ਕੀ ਲੱਗਦਾ ਅੱਜ ਕੱਲ ਦੇ ਲੋਕਾਂ ਨੂੰ ਇਹ ਲੱਗਦਾ ਵੀ ਗਾਲ ਪੰਜਾਬੀ ਗਾਲ ਨੂੰ ਇੰਗਲਿਸ਼ 'ਚ ਕੱਢਾਂਗੇ ਤਾਂ ਸ਼ਾਇਦ ਉਹ ਉਨੀ ਚੁਬੇ ਨਾ ਸ਼ਾਇਦ ਸੱਭਿਅਕ ਲੱਗੇ ਉਹ ਫਿਰ ਦੂਜੀ ਗੱਲ ਇਹ ਵੀ ਹੈ ਵੀ ਪੰਜਾਬੀਆਂ ਨੂੰ ਸਮਝ ਹੀ ਨਾ ਲੱਗੇ ਵੀ ਪਤਾ ਨਹੀਂ ਕੀ ਕਹਿ ਗਿਆ ਹਾਂ ਥੋੜਾ ਉਹ ਵੀ ਨਹੀਂ ਜਸ ਫਿਲਮ ਨਹੀਂ ਆਈ ਦੋ ਫਿਲਮਾਂ ਕੀਤੀਆਂ ਤੁਸੀਂ ਉਹ ਦੋ ਫਿਲਮਾਂ ਦਾ ਪੈਰ ਪਿੱਛੇ ਖਿੱਚਿਆ ਆ ਜਾ ਕ ਸਟੋਰੀ ਨਹੀਂ ਮਿਲੀ ਨਾ ਨਾ ਬਈ ਇੱਕ ਫਿਲਮ ਜਿਹੜੀ ਬਹੁਤ ਵਧੀਆ ਫਿਲਮ ਹੈ ਉਹ ਸ਼ੂਟ ਹੋਈ ਪਈ ਆ ਜੀ ਸੌਰਿਆਂ ਦਾ ਪਿੰਡ ਆ ਗਿਆ ਡਾਇਰੈਕਟਰ ਸ਼ਿਤੇਜ ਚੌਧਰੀ ਅੰਬਰਦੀਪ ਬਾਈ ਦੀ ਲਿਖੀ ਹੋਈ ਆ ਗੁਰਨਾਮ ਭੁੱਲਰ ਸਰਗੁਨ ਮਹਿਤਾ ਤੇ ਮੈਂ ਅਸੀਂ ਉਹਦੇ ਚ ਕੰਮ ਕਰ ਰਹੇ ਆ ਤਿੰਨੇ ਜਣੇ ਉਹ ਬਹੁਤ ਚੰਗੀ ਫਿਲਮ ਹੈ ਉਹ ਫਿਲਮ ਦੀ ਵੇਟ ਕਰ ਰਿਆ ਸੀਗਾ ਉਹ ਪਿਛਲੇ ਸਾਲ ਸਿਆਲਾਂ ਚ ਸ਼ੂਟ ਕੀਤੀ ਸੀ ਹੁਣ ਇੱਕ ਬੰਦੇ ਨੂੰ ਇਹ ਹੁੰਦਾ ਨਾ ਵੀ ਯਾਰ ਜੇ ਮੇਰਾ ਆ ਪ੍ਰੋਜੈਕਟ ਆ ਜੇ ਤਾਂ ਮੇਰਾ ਸਿਸਟਮ ਵਾਵਾ ਵਧੀਆ ਹੋ ਜਾਊਗਾ ਫਿਲਮਾਂ ਐਜ਼ ਅਨ ਲੀਡਲੀ ਬਹੁਤ ਆਈਆਂ ਪਰ ਜਿਹੜੀਆਂ ਜਿਹੜੀਆਂ ਤੁਸੀਂ ਦੋ ਫਿਲਮਾਂ ਦਾ ਨਾਮ ਲਿਆ ਉਹ ਫਿਲਮਾਂ ਜਿਹੜੀ ਪਹਿਲੀ ਸੀ ਉਹ ਤਾਂ ਕੀਤੀ ਉਵੇਂ ਹਾਸੇ ਮਜ਼ਾਕ ਚ ਥਗ ਲਾਈਫ ਹਾਂ ਥਗ ਲਾਈਫ ਉਹ ਤਾਂ ਉਵੇਂ ਜਿਵੇਂ ਹਰੇਕ ਦੀ ਉਵੇਂ ਹੁੰਦੀ ਹੈ ਪਹਿਲੀ ਨਾ ਕੋਈ ਕਰਮ ਵਾਲਾ ਬੰਦਾ ਹੀ ਹੁੰਦਾ ਜਿਹਨੂੰ ਕੋਈ ਚੱਜ ਦੀ ਟੀਮ ਮਿਲ ਜੇ ਨਹੀਂ ਫਿਲਮਾਂ ਵਾਲੇ ਜਦੋਂ ਤੁਹਾਡੇ ਕੋਲ ਆ ਕੇ ਦੱਸਦੇ ਆ ਵੀ ਇੰਨੇ ਪੈਸੇ ਮਿਲਣਗੇ ਬੰਦਾ ਇੱਕ ਵਾਰੀ ਉਹੀ ਪੈਰ ਛੱਡ ਜਾਂਦਾ ਵੀ ਯਾਰ ਲੈ ਲਓ ਕੁਝ ਨਹੀਂ ਹੁੰਦਾ ਨਾ ਬਾਕੀ ਦੇਖਾਂਗੇ ਉਹਨੇ ਵੀ ਸੱਤ ਕੀਤੀਆਂ ਹੀ ਸੀ ਐਗਜ਼ੈਂਪਲ ਆ ਆਪਣਾ ਮਨ ਸਮਝਾਉਣ ਲਈ ਲੋਕ ਗਿਣਨ ਲੱਗ ਜਾਂਦੇ ਆ ਆਪਾਂ ਫਿਲਮਾਂ ਦਾ ਜਿਹੜਾ ਫੰਡਾ ਬਾਈ ਜਿੱਤੇ ਤੱਕ ਮੈਂ ਸਮਝਿਆ ਫਿਲਮਾਂ ਚ ਕਲਾਕਾਰ ਨਹੀਂ ਚੱਲਦੇ ਫਿਲਮਾਂ ਚ ਚੱਲਦੀਆਂ ਟੀਮਾਂ ਤੁਸੀਂ ਕੋਈ ਵੀ ਪ੍ਰੋਡਕਸ਼ਨ ਹਾਊਸ ਦੇਖ ਲਓ ਉਹਨਾਂ ਦੀਆਂ ਉਹ ਟੀਮਾਂ ਨੇ ਜਿਹੜੀਆਂ 6-6 ਸਾਲ ਤੋਂ ਲੱਗੇ ਹੋਏ ਆ ਤਿੰਨ ਚਾਰ ਪ੍ਰੋਡਕਸ਼ਨ ਹਾਊਸ ਨੇ ਪੰਜਾਬ ਦੇ ਜਿਹੜੇ ਵੱਡੀਆਂ ਫਿਲਮਾਂ ਦਿੰਦੇ ਨੇ ਤੇ ਉਹਨਾਂ ਦੀਆਂ ਫਿਲਮਾਂ ਹਿੱਟ ਹੁੰਦੀਆਂ ਨੇ ਕੋਈ ਕਰਮਾਂ ਵਾਲਾ ਬੰਦਾ ਹੋਊਗਾ ਜਾਂ ਕੋਈ ਇੰਨੇ ਟੈਲੈਂਟ ਵਾਲਾ ਹੋਊਗਾ ਜਿਹੜਾ ਪਿੱਛੋਂ ਆ ਕੇ ਕਨਸੈਪਟ ਆਪਣਾ ਹਿੱਟ ਕਰ ਜਵੇ ਬਹੁਤ ਮਿਹਨਤੀ ਪਰ ਇਦਾਂ ਹੁੰਦਾ ਨਹੀਂ ਸੋ ਆ ਜਿਹੜੀ ਫਿਲਮ ਦੀ ਮੈਂ ਗੱਲ ਕੀਤੀ ਸੌਰਿਆ ਦਾ ਪਿੰਡ ਆ ਗਿਆ ਇਹ ਇੱਕ ਸ਼੍ਰੀ ਨਰੂਤਮ ਦਾ ਪ੍ਰੋਜੈਕਟ ਹੈ ਜਿਨ੍ਹਾਂ ਨੇ ਕਿਸਮਤ ਵਰਗੀਆਂ ਫਿਲਮਾਂ ਪਹਿਲਾਂ ਕੀਤੀਆਂ ਤਾਂ ਇਹ ਪ੍ਰੋਜੈਕਟ ਮੇਰੇ ਲਈ ਇੱਕ ਮਤਲਬ ਇੱਕ ਇੱਕ ਮਾਸਟਰ ਕਾਰਡ ਹੈ ਮੇਰੇ ਲਈ ਮੈਨੂੰ ਐ ਸੀ ਵੀ ਆ ਫਿਲਮ ਪਹਿਲਾਂ ਆ ਜਵੇ ਉਦੋਂ ਬਾਅਦ ਚ ਮੇਰੇ ਲਈ ਰਾਹ ਖੁੱਲ ਜਾਣਗੇ ਬਹੁਤ ਜ਼ਿਆਦੇ ਤਾਂ ਇਸ ਫਿਲਮ ਦੀ ਵੇਟ ਕਰ ਰਿਹਾ ਮੈਂ ਤਾਂ ਨਹੀਂ ਕੋਈ ਫਿਲਮ ਕੀਤੀ ਜਦੋਂ ਇਹ ਫਿਲਮ ਆਊਗੀ ਇਦੋਂ ਬਾਅਦ ਚ ਕੰਟੀਨਿਊ ਆਪਾਂ ਕਰਾਂਗੇ ਹੁਣ ਵੈਬ ਸੀਰੀਜ਼ ਇੱਕ ਮੈਂ ਕਰ ਰਿਹਾ ਅੱਛਾ ਹਾਂ ਬਈ ਹੁਣ ਵੈਬ ਸੀਰੀਜ਼ ਆ ਬਸ ਲਾਕਡਾਊਨ ਜਿਹੜਾ ਮਿਨੀ ਹੋਇਆ ਹੋਇਆ ਇਹ ਚ ਹਦਾਇਤਾਂ ਸਾਨੂੰ ਗਾਈਡਲਾਈਨ ਆਈਆਂ ਹੋਈਆਂ ਜਦੋਂ ਇਹ ਖੁੱਲ ਗਈਆਂ ਤਾਂ ਵੈਬ ਆਪਣਾ ਵੈਬ ਸੀਰੀਜ਼ ਇੱਕ ਬਹੁਤ ਚੰਗੇ ਕਨਸੈਪਟ ਤੇ ਆਡੀਅנס ਲਈ ਲੈ ਕੇ ਆ ਰਹੇ ਆ ਕਿਉਂਕਿ ਫਿਲਮਾਂ ਦਾ ਤਾਂ ਨਹੀਂ ਹੈਗਾ ਬਈ ਥੀਏਟਰ ਬੰਦ ਨੇ ਸਾਰੇ ਵੈਬ ਸੀਰੀਜ਼ ਚ ਪੰਜਾਬ ਦਾ ਉਹ ਮਾਹੌਲ ਦਿਖਾਇਆ ਗਿਆ ਵੀ ਕਿਵੇਂ ਜਿਵੇਂ ਆਪਾਂ ਜਿਨਾਂ ਨੂੰ ਗੈਂਗਸਟਰ ਕਹਿ ਦਿੰਨੇ ਆ ਬਿਲਕੁਲ ਬਿਲਕੁਲ ਵੀ ਬੰਦਾ ਕਿਉਂ ਬਣਦਾ ਹੈ ਇਹਦੇ ਪਿੱਛੇ ਕਾਰਨ ਕੀ ਹੁੰਦਾ ਤੇ ਮੇਰਾ ਜਿਹੜਾ کردار ਹੈ ਉਹਦੇ ਵਿੱਚ ਉਹ ਮੈਨੂੰ ਲੱਗਦਾ ਵੀ ਇਦਾਂ ਦਾ ਹੈ ਵੀ ਇੱਕ ਨੌਜਵਾਨ ਦੀ ਝਰਨੀ ਹੈ ਵੀ ਉਹ ਆਪਣੇ ਸੁਪਨੇ ਨੂੰ ਸੱਚ ਕਰਨਾ ਚਾਹੁੰਦਾ ਹੈ ਤਾਂ ਉਹ ਰਾਹ ਕਿਹੜੇ-ਕਿਹੜੇ ਅਪਣਾਉਂਦਾ ਹੈ ਉਹਦੇ ਵਿੱਚ ਉਹ ਦਿਖਾਇਆ ਗਿਆ ਹਾਂ ਇਦਾਂ ਦੀ ਕੁਝ ਲੋਕਾਂ ਨੂੰ ਪਸੰਦ ਆਊਗੀ। ਸੋ ਸਾਡੀਆਂ ਅਰਦਾਸਾਂ ਤੁਹਾਡੇ ਨਾਲ ਨੇ ਕਿ ਆਉਣ ਵਾਲੇ ਪ੍ਰੋਜੈਕਟ ਤੁਹਾਡੇ ਕਾਮਯਾਬ ਹੋਣ ਤੇ ਚੰਗੇ-ਚੰਗੇ ਪ੍ਰੋਜੈਕਟ ਖਾਸ ਤੌਰ 'ਤੇ ਕਿਉਂਕਿ ਸੇਧ ਹੈ ਜਸਬਾਈਵਾ ਤੁਸੀਂ ਅ ਮਾਰਗਦਰਸ਼ਕ ਜਿਹਨੂੰ ਅਸੀਂ ਕਹਿ ਦਿੱਤਾ ਬਹੁਤ ਵੱਡਾ ਸ਼ਬਦ ਹੋ ਜਾਂਦਾ ਹੈ ਤੇ ਜ਼ਿੰਮੇਵਾਰੀ ਉੱਡਣੀ ਵੱਡੀ ਹੈ। ਸੋ ਜਾਂਦੇ ਜਾਂਦੇ ਕੋਈ ਸੁਨੇਹਾ ਇਸ ਵਕਤ ਕਿਉਂਕਿ ਇਹ ਸਥਿਤੀ ਉਹ ਹੈ ਜਦੋਂ ਆਪਣੇ ਆਪਿਆਂ ਤੋਂ ਦੂਰ ਹੋਏ ਜਦੋਂ ਔਲਾਦ ਨੇ ਆਪਣੇ ਮਾਪਿਆਂ ਦਾ ਸਨਸਕਾਰ ਨਹੀਂ ਕੀਤਾ ਤੇ ਕਿਸਾਨੀ ਅੰਦੋਲਨ ਦੇ ਨਾਲ ਨਾਲ ਕੋਈ ਕਿਸਾਨੀ ਅੰਦੋਲਨ ਨੂੰ ਹੋਰ ਵੱਡਾ ਕਰਨਾ ਜਿਵੇਂ ਤੁਸੀਂ ਕਹਿ ਰਹੇ ਹੋ ਤੇ ਉਹਦੇ ਲਈ ਵੀ ਕੋਈ ਸੁਨੇਹਾ ਜ਼ਰੂਰ ਦੇਖੋ ਮੈਂ ਸਾਰੀ ਦੁਨੀਆ ਰੱਬ ਨੂੰ ਮੰਨਦੀ ਆ ਰੱਬ ਤੁਹਾਡੇ ਅੰਦਰ ਹੀ ਸਮਾਇਆ ਹੁੰਦਾ ਕਣਕਣ 'ਚ ਪ੍ਰਮਾਤਮਾ ਦਾ ਵਾਸਾ ਹੈ ਤਾਂ ਮੈਂ ਅਰਦਾਸ ਹੀ ਕਰਦਾ ਹਾਂ ਵੈਗਰੂ ਅੱਗੇ ਵੀ ਇਹ ਜਿਹੜੀ ਮਹਾਮਾਰੀ ਚੱਲ ਰਹੀ ਹੈ ਇਹਦੇ ਤੋਂ ਜਲਦ ਤੋਂ ਜਲਦ ਕੋਈ ਵੈਕਸੀਨ ਨਹੀਂ ਇਹਦੀ ਕੋਈ ਕੁਛ ਨਹੀਂ ਹਲੇ ਤੱਕ ਪੁਖਤਾ ਕੋਈ ਉਸ ਲੈਵਲ ਦਾ ਹੱਲ ਨਹੀਂ ਆਇਆ ਮਹਾਰਾਜ ਮਿਹਰ ਕਰੇ ਅਰਦਾਸ ਕਰਦੇ ਆਂ ਵੀ ਇਹ ਦੁਨੀਆ ਤੇ ਜਿਹੜੀ ਮਹਾਮਾਰੀ ਚੱਲ ਰਹੀ ਹੈ ਜਲਦ ਤੋਂ ਜਲਦ ਇਹਦਾ ਕੋਈ ਇਲਾਜ ਮਿਲੇ ਇਹਦੇ ਤੋਂ ਰਾਹਤ ਮਿਲੇ ਸਮਾਜ ਨੂੰ ਲੋਕ ਤੰਦਰੁਸਤ ਹੋ ਕੇ ਆਪਣੇ ਪਰਿਵਾਰਾਂ ਚ ਰਹਿਣ ਤਾਂ ਦੂਜੀ ਜਿਹੜੀ ਤੁਸੀਂ ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਐ ਥੋੜੀ ਜਿਹੀ ਤੁਹਾਡੀ ਗੱਲ ਲੰਬੀ ਹੋ ਜੂਗੀ ਇੱਥੇ ਕੋਈ ਨਾ ਸਮਾਂ ਲੈਣਾ ਇੱਕ ਕਿਸਾਨੀ ਸੰਘਰਸ਼ ਨੇ ਨਾ ਬਾਈ ਜੀ ਮੇਰੀ ਜ਼ਿੰਦਗੀ ਤੇ ਬਹੁਤ ਵੱਡਾ ਇਫੈਕਟ ਪਾਇਆ ਮੈਨੂੰ ਲੱਗਦਾ ਵੀ ਜੇ ਇਹ ਆਇਆ ਤਾਂ ਮੇਰੀ ਜ਼ਿੰਦਗੀ ਚ ਬਹੁਤ ਵੱਡਾ ਬਦਲਾਅ ਆਇਆ ਇਸ ਸੰਘਰਸ਼ ਨਾਲ ਇੱਕ ਤਾਂ ਮੈਂ ਕਿਤਾਬਾਂ ਦੇ ਨਾਲ ਇਹਨਾਂ ਦਿਨਾਂ ਚ ਜੁੜਿਆ ਤੇ ਮੈਂ ਪੜਿਆ ਤੇ ਦੂਜਾ ਜਿਹੜਾ ਉਹ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਕਮਰਸ਼ੀਅਲ ਵਾਲਾ ਮੇਰਾ ਕੰਮ ਚੱਲ ਰਿਹਾ ਸੀ ਵੀ ਸ਼ੋਅ ਲਾਉਣੇ ਨੇ ਪੈਸੇ ਕਮਾਉਣੇ ਨੇ ਦੈਟਸ ਇਟ ਇੰਨੀ ਸੋਚ ਐ ਇਦੋਂ ਅੱਗੇ ਨਹੀਂ ਮੈਂ ਵਧਿਆ ਸੀ ਪਰ ਇਸ ਦਰਮਿਆਨ ਮੈਨੂੰ ਲੱਗਿਆ ਵੀ ਨਹੀਂ ਯਾਰ ਤੁਹਾਡੇ ਸਮਾਜ ਪ੍ਰਤੀ ਬਹੁਤ ਫਰਜ਼ ਹੁੰਦੇ ਨੇ ਜਦੋਂ ਤੁਸੀਂ ਮਾਰਗਦਰਸ਼ਕਤਾ ਚਲੋ ਬਹੁਤ ਵੱਡਾ ਸ਼ਬਦ ਤੁਸੀਂ ਮੇਰੇ ਲਈ ਬੋਲਤਾ ਐਡੀ ਮੇਰੀ ਹਲੇ ਹਸਤੀ ਐ ਨਹੀਂ ਪਰ ਫਿਰ ਵੀ ਜੇ ਨਾਂ ਵੀ ਹੋਈ ਜਦੋਂ ਤੁਸੀਂ ਕਲਾਕਾਰ ਬਣਗੇ ਤਾਂ ਤੁਹਾਡੇ ਫਰਜ਼ ਹੁੰਦੇ ਨੇ ਜਿਹੜੇ ਤੁਹਾਨੂੰ ਟਾਈਮ-ਟਾਈਮ ਤੇ ਪੂਰੇ ਕਰਨੇ ਚਾਹੀਦੇ ਆ ਆਪਦੇ ਵੱਲੋਂ ਤਾਂ ਉਹ ਜਿਹੜੇ ਗੀਤਾਂ ਦੀ ਰੂਪਰੇਖਾ ਚੇਂਜ ਹੋਈ ਐ ਜਾਂ ਜਿਹੜੇ ਤੁਹਾਡੇ ਫਰਜ਼ ਨੇ ਲੋਕਾਂ ਨਾਲ ਖੜਨਾ ਪਹਿਲਾਂ ਤਾਂ ਐ ਹੁੰਦਾ ਸੀ ਮੈਂ ਚਲੋ ਕੋਈ ਗੱਲ ਨਹੀਂ ਯਾਰ ਮੈਂ ਵੀ ਕੱਲਾ ਕੀ ਕਰ ਸਕਦਾ ਉਹ ਚੀਜ਼ਾਂ ਇਹ ਸੰਘਰਸ਼ ਨੇ ਮੇਰੇ ਦਿਮਾਗ 'ਚ ਗੱਡੀਆਂ ਨੇ ਤਾਂ ਮੈਨੂੰ ਇੰਨਾ ਕੁਝ ਇਹ ਸੰਘਰਸ਼ ਨੇ ਦਿੱਤਾ ਮੈਂ ਵੀ ਅਰਦਾਸ ਕਰਦਾ ਵੀ ਜਿਹੜੇ ਸਾਡੇ ਕਿਸਾਨ ਭੈਣ ਭਰਾ ਉੱਥੇ ਸਰਹਾਦਾਂ ਤੇ ਬੈਠੇ ਐ ਮਹਾਰਾਜ ਇੱਕ ਤਾਂ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਤੇ ਦੂਜਾ ਜਦੋਂ ਤੱਕ ਸੰਘਰਸ਼ ਜਾਰੀ ਰਹੂਗਾ ਉਦੋਂ ਤੱਕ ਪਹਿਲੇ ਦਿਨ ਵੀ ਕਿਹਾ ਸੀ ਅੱਜ ਵੀ ਤੁਹਾਡੇ ਕੈਮਰੇ ਤੇ ਕਹਿੰਨੇ ਆ ਖੜੇ ਰ੍ਹਾਂਗੇ ਨਾਲ ਤੇ ਜਿੱਤ ਕੇ ਦਿੱਲੀ ਤੋਂ ਆਵਾਂਗੇ ਚਾਹੇ ਉਹਦੇ ਲਈ ਸਾਨੂੰ ਕੁਝ ਵੀ ਕਰਨਾ ਪੈ ਜਾਵੇ ਬਹੁਤ ਮਿਹਰਬਾਨੀ ਚੜ੍ਹਦੀ ਕਲਾ ਵਿੱਚ ਸਭ ਨੂੰ ਰਹਿਣਾ ਚਾਹੀਦਾ ਹੈ ਕਿਉਂਕਿ ਹੌਸਲੇ ਬੁਲੰਦ ਨੇ ਤਾਂ ਹੀ ਹਰ ਮੈਦਾਨ ਫਤਿਹ ਹੋਵੇਗਾ ਦੋਸਤੋ ਜਸ ਬਾਯਾ ਵਾ ਨਾਲ ਮੁਲਾਕਾਤ ਕਰਾਈ ਅਗਲੀ ਵਾਰੀ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਕਲਾਕਾਰ ਨਾਲ ਕਿਸੇ ਹੋਰ ਹਸਤੀ ਨਾਲ ਮੁਲਾਕਾਤ ਕਰਾਵਾਂਗਾ ਜੁੜੇ ਰਹੋ ਸਪੋਕਸਮਾ ਟੀਵੀ ਤੇ